ਹੈ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਈ ਆਕਾਰ ਨਹੀਂ ਜਿਵੇਂ ਗੁਰਬਾਣੀ ਵਿੱਚ ਵੀ ਮਹਾਰਾਜ ਕਹਿੰਦੇ ਨੇ ਬੋਲੇ ਗੋਰਖ ਸਤ ਸਰੂਪ ਪਰਮ ਤੰਤ ਮਹਰੇਖ ਨਾ ਰੂਪ ਤਾਂ ਐਸਾ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਰੂਪ ਆਕਾਰਾਂ ਤੋਂ ਰਹਿਤ ਹੈ ਜਾਂ ਰੂਪ ਦਾ ਅਰਥ ਹੁੰਦਾ ਹੈ ਰੰਗ ਰੂਪ ਵੀ ਵਾਹਿਗੁਰੂ ਪਰਮੇਸ਼ਰ ਦੀ ਕਾਲਾ ਚਿੱਟਾ ਆਦਕ ਇਹੋ ਜੇ ਰੂਪਾਂ ਰੰਗਾਂ ਤੋਂ ਰਹਿਤ ਹਨ ਔਰ ਜੇ ਇਸ ਤੋਕ ਦਾ ਇਸ ਪਵਿੱਤਰ ਸ਼ਬਦ ਦਾ ਅਰਥ ਦੂਸਰੇ ਤਰ੍ਹਾਂ ਕੀਤਾ ਜਾਵੇ ਤਾਂ ਐੜੇ ਦਾ ਅਰਥ ਜਿੱਥੇ ਰਹਿਤ ਹੈ ਉਥੇ ਵਿਸ਼ੇਸ਼ ਕਰਕੇ ਵੀ ਆਉਂਦਾ ਹੈ ਬਹੁਲਤਾ ਕਰਕੇ ਵੀ ਆਉਂਦਾ ਹੈ ਸਹਿਤ ਕਰਕੇ ਵੀ ਆਉਂਦਾ ਹੈ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵੈਸੇ ਤੇ ਆਪ ਜੀ ਰੂਪ ਰੰਗ ਆਦਿਕ ਤੋਂ ਰਹਿਤ ਹੋ ਪਰ ਜੇ ਆਪ ਜੀ ਦੇ ਕਿਸੇ ਨੇ ਦਰਸ਼ਨ ਕਰਨੇ ਹੋਣ ਤਾਂ ਜਿਹੜੇ ਸੰਤ ਨੇ ਨਾਮ ਜਪਣ ਵਾਲੇ ਮਹਾਤਮਾ ਮਹਾਪੁਰਸ਼ ਨੇ ਜਿਨ੍ਹਾਂ ਉੱਤੇ ਆਪ ਜੀ ਦੀ ਕਿਰਪਾ ਹੈ ਸੇਵਾ ਸਿਮਰਨ ਕਰ ਕਰਕੇ ਜਿਨ੍ਹਾਂ ਆਪਣਾ ਮਨ ਸ਼ੁੱਧ ਕਰ ਲਿਆ ਹੈ ਤੇ ਆਪ ਜੀ ਦੀ ਪ੍ਰਾਪਤੀ ਜਿਨ੍ਹਾਂ ਸੰਤਾਂ ਮਹਾਤਮਾ ਗੁਰਸਿੱਖਾਂ ਧਰਮੀ ਪੁਰਸ਼ਾਂ ਨੂੰ ਹੋ ਚੁੱਕੀ ਹੈ ਉਹ ਵਿਸ਼ੇਸ਼ ਕਰਕੇ ਆਪ ਜੀ ਦਾ ਰੂਪ ਹਨ ਜਿਵੇਂ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਿਨੇ ਪਰਮੇਸ਼ਰ ਦੇ ਦਰਸ਼ਨ ਕਰਦੇ ਹਨ ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰੇ ਨਾਮ ਜਪਣ ਵਾਲੇ ਦੇ ਦਰਸ਼ਨ ਕਰੇ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਦੱਸਦੇ ਨੇ ਸ੍ਰੀ ਸਰਬਲੋਹ ਗ੍ਰੰਥ ਅੰਦਰ ਵੀ ਇਹ ਬਚਨ ਅੰਕਿਤ ਕੀਤੇ ਹੋਏ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਜਿਹੜਾ ਖਾਲਸਾ ਹੈ ਪੰਜਾਂ ਕਕਾਰਾਂ ਦਾ ਧਾਰਨੀ ਹੈ ਚਾਰ ਬੱਜਰ ਕ੍ਰਹਤਾ ਤੋਂ ਬਚਿਆ ਹੋਇਆ ਹੈ ਨਿਤਨੇਮੀ ਹੈ ਭਜਨੀਕ ਹੈ ਜਿਹੜਾ ਵਿਸ਼ਿਆਂ ਤੋਂ ਉੱਪਰ ਉੱਠ ਚੁੱਕਾ ਹੈ ਐਸਾ ਖਾਲਸਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਸਰੂਪ ਹੈ ਜਿਹਨੇ ਮੇਰੇ ਦਰਸ਼ਨ ਕਰਦੇ ਹੋਣ ਉਹ ਖਾਲਸੇ ਦੇ ਦਰਸ਼ਨ ਕਰ ਲਵੇ ਜਿਨੇ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਬਚਨ ਬਲਾਸ ਕਰਨੇ ਹੋਣ ਤਾਂ ਗੁਰਬਾਣੀ ਪੜਨੀ ਜਿਹੜਾ ਨਿਤਨੇਮ ਕਰਨਾ ਹੈ ਇਹਦੀ ਦੇਖੋ ਕਿੰਡੀ ਵੱਡੀ ਮਹਾਨਤਾ ਹੈ ਅਸੀਂ ਤਾਂ ਭੁੱਲ ਜਾਂਦੇ ਆ ਬਾਣੀ ਪੜਦੇ ਸਾਨੂੰ ਇਹ ਚੇਤਾਂ ਨਹੀਂ ਰਹਿੰਦਾ ਬਾਣੀ ਪੜਨੀ ਤਾਂ ਪਰਮੇਸ਼ਰ ਦੇ ਸਾਹਮਣੇ ਖੜਾ ਹੈ ਤੇ ਪਰਮੇਸ਼ਰ ਤੇ ਆਪਣੇ ਸਾਹਮਣੇ ਵਿਚਾਰ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੀਦਾ ਕਿਸੇ ਖਿਆਲ ਨੂੰ ਕਿਸੇ ਸੁਰਤੀ ਬਿਰਤੀ ਨੂੰ ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰਕੇ ਖਿਆਲ ਨੂੰ ਪਾਸੇ ਕਰਕੇ ਵਾਹਿਗੁਰੂ ਦੇ ਸਾਹਮਣੇ ਰਹਿਣਾ ਚਾਹੀਦਾ ਹੈ ਨਿਤਨੇਮ ਦੇ ਵਿੱਚ ਕੋਈ ਖਿਆਲ ਨਹੀਂ ਆਉਣ ਦੇਣਾ ਚਾਹੀਦਾ ਕਿਉਂ ਕਿਉਂਕਿ ਜਿਹੜੀ ਬਾਣੀ ਪੜਨੀ ਹੈ ਦਸਵੇਂ ਪਾਤਸ਼ਾਹ ਕਹਿੰਦੇ ਮੇਰਨਾ ਬਚਨ ਕਰਨੇ ਆ ਬਚਨ ਬਲਾਸ ਕਰਨੇ ਗੱਲਬਾਤ ਕਰਦੀ ਹੈ ਇਸ ਕਰਕੇ ਬਾਣੀ ਵੀ ਉਹਦਾ ਸਰੂਪ ਮੰਨੀ ਗਈ ਹੈ ਜਾਂ ਫਿਰ ਗੁਰੂ ਸਾਹਿਬ ਪਰਮੇਸ਼ਰ ਦਾ ਸਾਖਸ਼ਾਤ ਰੂਪ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਇਸੇ ਤਰ੍ਹਾਂ ਗੁਰ ਅਰਜਨ ਪ੍ਰਤਾਖਰ ਜੇ ਕਿਸੇ ਨੇ ਸਾਖਸ਼ਾਤ ਰੱਬ ਦੇ ਦਰਸ਼ਨ ਕਰਨੇ ਤੇ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਖੋ ਉਹਨਾਂ ਦੇ ਸਰੂਪ ਦੇ ਦਰਸ਼ਨ ਕਰੋ ਉਹਨਾਂ ਦੇ ਜੀਵਨ ਦੇ ਦਰਸ਼ਨ ਕਰੋ ਤਾਂ ਇਸ ਪ੍ਰਕਾਰ ਵਿਸ਼ੇਸ਼ ਰੂਪ ਪਰਮੇਸ਼ਰ ਦਾ ਭਾਵੇਂ ਰੰਗ ਰੂਪ ਰਹਿਤ ਹੈ ਪਰ ਜੇ ਉਹਦੇ ਸਰੂਪ ਦੇ ਦਰਸ਼ਨ ਕਰਨੇ ਹੋਣ ਤਾਂ ਨਾਮ ਜਪਣ ਵਾਲੇ ਮਹਾਪੁਰਸ਼ ਜਾਂ ਬਾਣੀ ਜਾਂ ਗੁਰੂ ਸਾਹਿਬ ਜਾਂ ਖਾਲਸਾ ਇਹ ਉਹਦਾ ਰੂਪ ਮੰਨੇ ਗਏ ਹਨ ਇਸ ਨਾਮ ਜਪਣ ਵਾਲੇ ਮਹਾਪੁਰਸ਼ ਉਹਦਾ ਸਰੂਪ ਨੇ ਇੱਕ ਸਾਖੀ ਚਿੱਤੇ ਆਈ ਲਾਹੌਰ ਸ਼ਹਿਰ ਦੇ ਵਿੱਚ ਪਰਮ ਪੂਜਨੀਕ ਸੰਤ ਖੁਦਾ ਸਿੰਘ ਜੀ ਰੰਗਾਬਾਦ ਵਾਲੇ ਮਹਾਪੁਰਸ਼ ਜਿਹੜੇ ਧੰਨ ਬਾਬਾ ਵੀਰ ਸਿੰਘ ਜੀ ਤੋਂ ਬਾਅਦ ਹੋਏ ਨੇ ਉਹਨਾਂ ਦੇ ਦੋ ਸਿੱਖ ਹੋਏ ਨੇ ਇੱਕ ਅਮਰ ਸ਼ਹੀਦ ਸ਼੍ਰੀਮਾਨ ਸੰਤ ਭਾਈ ਮਹਾਰਾਜ ਸਿੰਘ ਜੀ ਤੇ ਦੂਸਰੇ ਸੰਤ ਬਾਬਾ ਖੁਦਾ ਸਿੰਘ ਜੀ ਸੰਤ ਬਾਬਾ ਖੁਦਾ ਸਿੰਘ ਜੀ ਬਾਰੇ ਪੰਡਤ ਸ਼ੇਰ ਸਿੰਘ ਜੀ ਲਿਖਦੇ ਨੇ ਕਿ ਦਾਸ ਉਹਨਾਂ ਦੇ ਨਾਲ ਸੀ ਤੇ ਰੋਜ ਸਵੇਰੇ ਲਾਹੌਰ ਸ਼ਹਿਰ ਦੇ ਵਿੱਚ ਉਹ ਸੈਰ ਕਰਨ ਵਾਸਤੇ ਜਦੋਂ ਨਿਕਲਦੇ ਤੇ ਦਾਸ ਪੰਡਤ ਸ਼ੇਰ ਸਿੰਘ ਜੀ ਕਹਿੰਦੇ ਮੈਂ ਉਹਨਾਂ ਨਾਲ ਸੀ ਤਾਂ ਪੰਡਤ ਸ਼ੇਰ ਸਿੰਘ ਜੀ ਦੱਸਦੇ ਕਿ ਜਦੋਂ ਅਸੀਂ ਤੁਰੇ ਜਾਂਦੇ ਸੀ ਇੱਕ ਬ੍ਰਾਹਮਣ ਸਾਨੂੰ ਰੋਜ ਮਿਲਦਾ ਉਹਨੇ ਬਾਬਾ ਖੁਦਾ ਸਿੰਘ ਜੀ ਦਾ ਚਿਹਰਾ ਵੇਖ ਕੇ ਇਦਾਂ ਮਸਤ ਹੋ ਜਾਣਾ ਜਿਵੇਂ ਕਿਸੇ ਨੇ ਬਹੁਤ ਹੀ ਨਸ਼ੀਲੀ ਸ਼ਰਾਬ ਪੀਤੀ ਹੁੰਦੀ ਹੈ ਬਹੁਤ ਜਿਆਦੀ ਨਸ਼ੇ ਵਾਲੀ ਸ਼ਰਾਬ ਪੀਤੀ ਹੋਏ ਉਹ ਇਦਾਂ ਮਸਤ ਹੋ ਜਾਂਦਾ ਸੀ ਤੇ ਕਿੰਨਾ ਕਿੰਨਾ ਚਿਰ ਸੰਤਾਂ ਨੂੰ ਗਲ ਬੱਕੜੀ ਚ ਲੈ ਕੇ ਉਹਨਾਂ ਦੇ ਚਿਹਰੇ ਵਾਲੀ ਦੇਖਦਾ ਰਹਿਤਾ ਹੁੰਦਾ ਸੀ ਇੱਕ ਦਿਨ ਦੋ ਦਿਨ ਤਿੰਨ ਦਿਨ ਅਖੀਰ ਇੱਕ ਦਿਨ ਸੰਤ ਖੁਦਾ ਸਿੰਘ ਜੀ ਮਹਾਰਾਜ ਪੁੱਛਦੇ ਕਿ ਬ੍ਰਾਹਮਣ ਦੇਵਤਾ ਠਾਕੁਰ ਜੀ ਵੀ ਤੂੰ ਕੀ ਕਰਦਾ ਹੁੰਦਾ ਹੈ ਕੋਈ ਪਰਿਵਾਰ ਨਹੀਂ ਹੈ ਕੋਈ ਜ਼ਿੰਮੇਵਾਰੀ ਨਹੀਂ ਹੈ ਤੋ ਰੋਜ਼ ਹੀ ਸਾਨੂੰ ਮਿਲਦਾ ਹੈ ਤੇ ਰੋਜ਼ ਹੀ ਤੇ ਆਪਣੇ ਸਾਹਮਣੂ ਵਿਚਾਰ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੀਦਾ ਕਿਸੇ ਖਿਆਲ ਨੂੰ ਕਿਸੇ ਸੁਰਤੀ ਬਿਰਤੀ ਨੂੰ ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰਕੇ ਖਿਆਲ ਨੂੰ ਪਾਸੇ ਕਰਕੇ ਵਾਹਿਗੁਰੂ ਦੇ ਸਾਹਮਣੂ ਰਹਿਣਾ ਚਾਹੀਦਾ ਹੈ ਨਿਤਨੇਮ ਦੇ ਵਿੱਚ ਕੋਈ ਖਿਆਲ ਨਹੀਂ ਆਉਣ ਦੇਣਾ ਚਾਹੀਦਾ ਕਿਉਂ ਕਿਉਂਕਿ ਜਿਹੜੀ ਬਾਣੀ ਪੜਨੀ ਹੈ ਦਸਵੇਂ ਪਾਤਸ਼ਾਹ ਕਹਿੰਦੇ ਮੇਰਨਾ ਬਚਨ ਕਰਨੇ ਆ ਬਚਨ ਬਲਾਸ ਕਰਨੇ ਆ ਗੱਲ ਬਾਤ ਕਰਦੀ ਹੈ ਇਸ ਕਰਕੇ ਬਾਣੀ ਵੀ ਉਹਦਾ ਸਰੂਪ ਮੰਨੀ ਗਈ ਹੈ ਜਾਂ ਫਿਰ ਗੁਰੂ ਸਾਹਿਬ ਪਰਮੇਸ਼ਰ ਦਾ ਸਾਖਸ਼ਾਤ ਰੂਪ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਇਸੇ ਤਰ੍ਹਾਂ ਗੁਰ ਅਰਜਨ ਪ੍ਰਤਾਖਰ ਜੇ ਕਿਸੇ ਨੇ ਸਾਖਸ਼ਾਤ ਰੱਬ ਦੇ ਦਰਸ਼ਨ ਕਰਨੇ ਤੇ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੇਖੋ ਉਹਨਾਂ ਦੇ ਸਰੂਪ ਦੇ ਦਰਸ਼ਨ ਕਰੋ ਉਨ੍ਹਾਂ ਦੇ ਜੀਵਨ ਦੇ ਦਰਸ਼ਨ ਕਰੋ ਤਾਂ ਇਸ ਪ੍ਰਕਾਰ ਵਿਸ਼ੇਸ਼ ਰੂਪ ਪਰਮੇਸ਼ਰ ਦਾ ਭਾਵੇਂ ਰੰਗ ਰੂਪ रहਿਤ ਹੈ ਪਰ ਜੇ ਉਹਦੇ ਸਰੂਪ ਦੇ ਦਰਸ਼ਨ ਕਰਨੇ ਹੋਣ ਤਾਂ ਨਾਮ ਜਪਣ ਵਾਲੇ ਮਹਾਪੁਰਸ਼ ਜਾਂ ਬਾਣੀ ਜਾਂ ਗੁਰੂ ਸਾਹਿਬ ਜਾਂ ਖਾਲਸਾ ਇਹ ਉਹਦਾ ਰੂਪ ਮੰਨੇ ਗਏ ਹਨ ਇਸ ਨਾਮ ਜਪਣ ਵਾਲੇ ਮਹਾਪੁਰਸ਼ ਉਹਦਾ ਸਰੂਪ ਨੇ ਇੱਕ ਸਾਖੀ ਚਿੱਤੇ ਆਈ ਲਾਹੌਰ ਸ਼ਹਿਰ ਦੇ ਵਿਚ ਪਰਮ ਪੂਜਨੀਕ ਸੰਤ ਖੁਦਾ ਸਿੰਘ ਜੀ ਨਰੰਗਾਬਾਦ ਵਾਲੇ ਮਹਾਪੁਰਸ਼ ਜਿਹੜੇ ਧੰਨ ਬਾਬਾ ਵੀਰ ਸਿੰਘ ਜੀ ਤੋਂ ਬਾਅਦ ਹੋਏ ਨੇ ਉਹਨਾਂ ਦੇ ਦੋ ਸਿੱਖ ਹੋਏ ਨੇ ਇੱਕ ਅਮਰ ਸ਼ਹੀਦ ਸ਼੍ਰੀਮਾਨ ਸੰਤ ਭਾਈ ਮਹਾਰਾਜ ਸਿੰਘ ਜੀ ਤੇ ਦੂਸਰੇ ਸੰਤ ਬਾਬਾ ਖੁਦਾ ਸਿੰਘ ਜੀ ਸੰਤ ਬਾਬਾ ਖੁਦਾ ਸਿੰਘ ਜੀ ਬਾਰੇ ਪੰਡਿਤ ਸ਼ੇਰ ਸਿੰਘ ਜੀ ਲਿਖਦੇ ਨੇ ਕਿ ਦਾਸ ਉਹਨਾਂ ਦੇ ਨਾਲ ਸੀ ਤੇ ਰੋਜ਼ ਸਵੇਰੇ ਲਾਹੌਰ ਸ਼ਹਿਰ ਦੇ ਵਿੱਚ ਉਹ ਸੈਰ ਕਰਨ ਵਾਸਤੇ ਜਦੋਂ ਨਿਕਲਦੇ ਤੇ ਦਾਸ ਪੰਡਿਤ ਸ਼ੇਰ ਸਿੰਘ ਜੀ ਕਹਿੰਦੇ ਮੈਂ ਉਹਨਾਂ ਨਾਲ ਸੀ ਤਾਂ ਪੰਡਿਤ ਸ਼ੇਰ ਸਿੰਘ ਜੀ ਦੱਸਦੇ ਕਿ ਜਦੋਂ ਅਸੀਂ ਤੁਰੇ ਜਾਂਦੇ ਸੀ ਇੱਕ ਬ੍ਰਾਹਮਣ ਸਾਨੂੰ ਰੋਜ਼ ਮਿਲਦਾ ਉਹਨੇ ਬਾਬਾ ਖੁਦਾ ਸਿੰਘ ਜੀ ਦਾ ਚਿਹਰਾ ਵੇਖ ਕੇ ਇੱਦਾਂ ਮਸਤ ਹੋ ਜਾਣਾ ਜੇ ਜਿਵੇਂ ਕਿਸੇ ਨੇ ਬਹੁਤ ਹੀ ਨਸ਼ੀਲੀ ਸ਼ਰਾਬ ਪੀਤੀ ਹੁੰਦੀ ਹੈ ਬਹੁਤ ਜਿਆਦਾ ਨਸ਼ੇ ਵਾਲੀ ਸ਼ਰਾਬ ਪੀਤੀ ਹੋਏ ਉਹ ਇੱਦਾਂ ਮਸਤ ਹੋ ਜਾਂਦਾ ਸੀ ਤੇ ਕਿੰਨਾ ਕਿੰਨਾ ਚਿਰ ਸੰਤਾਂ ਨੂੰ ਗਲ ਬੱਕੜੀ ਚ ਲੈ ਕੇ ਉਹਨਾਂ ਦੇ ਚਿਹਰੇ ਵਾਲੀ ਦੇਖਦਾ ਰਹਿਤਾ ਹੁੰਦਾ ਸੀ ਇੱਕ ਦਿਨ ਦੋ ਦਿਨ ਤਿੰਨ ਦਿਨ ਅਖੀਰ ਇੱਕ ਦਿਨ ਸੰਤ ਖੁਦਾ ਸਿੰਘ ਜੀ ਮਹਾਰਾਜ ਪੁੱਛਦੇ ਕਿ ਬ੍ਰਾਹਮਣ ਦੇਵਤਾ ਠਾਕੁਰ ਜੀ ਵੀ ਤੂੰ ਕੀ ਕਰਦਾ ਹੁੰਦਾ ਹੈ ਕੋਈ ਪਰਿਵਾਰ ਨਹੀਂ ਹੈ ਕੋਈ ਜ਼ਿੰਮੇਵਾਰੀ ਨਹੀਂ ਹੈ ਤੂੰ ਰੋਜ਼ ਹੀ ਸਾਨੂੰ ਮਿਲਦਾ ਹੈ ਤੇ ਰੋਜ਼ ਹੀ ਇਤਾਂ ਮਸਤ ਰਹਿਣਾ ਵਾ ਜਿੱਦਾਂ ਤੂੰ ਬਹੁਤ ਹੀ ਨਸ਼ੇ ਵਾਲੀ ਸ਼ਰਾਬ ਪੀਤੀ ਹੋਵੇ ਆਮ ਸ਼ਰਾਬ ਦੇ ਵਿੱਚ ਨਸ਼ਾ ਘੱਟ ਹੁੰਦਾ ਹੈ ਪਰ ਬਹੁਤ ਹੀ ਜ਼ਿਆਦਾ ਨਸ਼ੀਲੀ ਸ਼ਰਾਬ ਪੀਤੀ ਹੋਵੇਵੇਂ ਮਸਤ ਰਹਿਣਾ ਹੈ ਤੂੰ ਕਰਦਾ ਕੀ ਹੈ ਤਾਂ ਉਹ ਪੰਡਿਤ ਕਹਿਣ ਲੱਗਾ ਮਹਾਰਾਜ ਵੀ ਮੈਂ 2 ਰੁਪਏ ਦਿਹਾੜੀ ਦੇ ਕਮਾਉਣਾ ਵਾ ਜਾਂ 2 ਪੈਸੇ ਕਹਿ ਲਓ ਅੱਦੇ ਅੱਦੇ ਆਨੇ ਦਾ ਪਾਠ ਪੂਜਾ 2-4 ਬੰਦਿਆਂ ਵਾਸਤੇ ਕਰਕੇ ਜਦੋਂ 2 ਕੁ ਪੈਸੇ ਬਣ ਜਾਂਦੇ ਉਹਦੇ ਨਾਲ ਗੁਜ਼ਾਰਾ ਕਰ ਲੈਣਾ ਤੇ ਇਸ ਤੋਂ ਵੱਧ ਲੋਭ ਕਰਦਾ ਨਹੀਂ ਇਹਨੇ ਨਾ ਮੇਰੀ ਦਿਹਾੜੀ ਨੰਗ ਜਾਂਦੀ ਏ ਤੇ ਫਿਰ ਅਗਲੇ ਦਿਨ ਪੂਜਾ ਪਾਠ ਉਹਨਾਂ ਦੇ ਨਾਮ ਦਾ ਕਰਦਣਾ ਤਾਂ ਸੰਤ ਕਹਿਣ ਲੱਗੇ ਕਿ ਤੂੰ ਸਾਡੇ ਪੰਡਿਤ ਸ਼ੇਰ ਸਿੰਘ ਜੀ ਕਹਿੰਦੇ ਫਿਰ ਮੈਂ ਪੁੱਛਿਆ ਕਿ ਤੂੰ ਸੰਤਾਂ ਦੇ ਚਿਹਰੇ ਵੱਲ ਕਿਉਂ ਵੇਖਦਾ ਰਹਿਣਾ ਹੈ ਤਾਂ ਉਹ ਕਹਿਣ ਲੱਗਾ ਜੀ ਇਹ ਜਾਣਦੇ ਹੀ ਨੇ ਸਾਰੀ ਗੱਲ ਪਰ ਜੇ ਫੇਰ ਵੀ ਤੁਸੀਂ ਪੁੱਛਦੇ ਹੋ ਤੇ ਦੱਸ ਦਿੰਨਾ ਕਹਿੰਦਾ ਇੱਕ ਵਾਰੀ ਮੈਂ ਯਾਤਰਾ ਤੇ ਗਿਆ ਹੁਣ ਗੰਗਾ ਜੀ ਦਾ ਇਸ਼ਨਾਨ ਕਰਨਾ ਸੀ ਤੇ ਮੈਂ ਇਸ਼ਨਾਨ ਕਰਨ ਵਾਸਤੇ ਜਦੋਂ Hindu ਧਰਮ ਦੀ ਰੀਤੀ ਰਿਵਾਜ ਧਰਮ ਮੁਤਾਬਕ ਗੰਗਾ ਜੀ 'ਚ ਇਸ਼ਨਾਨ ਕਰਨ ਲੱਗਾ ਤੇ ਬਾਹਰ ਜਿਹੜਾ ਮੇਰਾ ਸਮਾਨ ਸੀ ਨਾ ਉਹਦੇ 'ਚ ਨਿਗਾ ਟਿਕਾ ਕੇ ਰੱਖੀ ਵੀ ਕੋਈ ਚੁੱਕੇ ਨਾ ਲੈ ਜੇ ਕਿਉਂ ਧਾਰਮਿਕ ਜਗਾ ਤੇ ਪਖੰਡੀ ਤੇ ਚੋਰ ਬਹੁਤੇ ਹੁੰਦੇ ਤਾਂ ਇਸ ਕਰਕੇ ਮੈਂ ਨਿਗਾ ਬਾਹਰ ਰੱਖੀ ਇੱਕ ਸੱਜਣ ਆਇਆ ਉਹ ਕਹਿੰਦਾ ਤੁਸੀਂ ਪੰਜਾਬੀਓ ਸੁਧਰ ਦੇ ਸਕਦੇ ਧਾਰਮਿਕ ਜਗਾ ਤੇ ਆ ਕੇ ਵੀ ਤੁਸੀਂ ਅੱਧਾ ਹੀ ਇਸ਼ਨਾਨ ਕਰਦੇ ਹੋ ਤੇ ਮੈਂ ਪੁੱਛਿਆ ਕਿਵੇਂ ਕਹਿੰਦਾ ਹਣ ਇੰਨੀ ਦੂਰੋਂ ਪੰਜਾਬ ਤੋਂ ਤੂੰ ਇੱਥੇ ਗੰਗਾ ਜੀ ਦੇ ਆਇਆ ਇਸ਼ਨਾਨ ਕਰਨ ਵਾਸਤੇ ਤੇ ਹੁਣ ਬੰਦਿਆਂ ਤਰ੍ਹਾਂ ਇਸ਼ਨਾਨ ਤੇ ਕਰਦਾ ਵੀ ਸਿਰ ਕੇਸੀ ਭਾਵ ਸਿਰ ਵੀ ਡਬੋ ਵਿੱਚ ਪੂਰਾ ਸਿਰ ਤੋਂ ਲੈ ਕੇ ਪੈਰਾਂ ਦੇ ਨੋਂ ਤੱਕ ਇਸ਼ਨਾਨ ਕਰ ਕਹਿੰਦਾ ਜਦੋਂ ਮੈਂ ਡੂਕੀ ਮਾਰੀ ਤੇ ਮੇਰੀ ਗਠੜੀ ਦੇ ਵਿੱਚ ਜਿਹੜੇ ਪੈਸਿਆਂ ਦੀ ਵਾਂਸਲੀ ਸੀ ਝੋਲੀ ਸੀ ਉਹ ਲੈ ਕੇ ਖਿਸਕ ਗਿਆ ਮੈਂ ਬਾਹਰ ਨਿਕਲ ਗਿਆ ਹੁਣ ਨਾ ਮੇਰੀ ਕੋਈ ਜਾਣ ਪਛਾਣ ਕਿਨੂੰ ਕੋਸਾਂ ਕਿਹਦੀ ਮਦਦ ਲਵਾਂ ਕਿਨੂੰ ਚੋਰ ਕਵਾਂ ਉਹ ਤੇ ਖਿਸਕ ਗਿਆ ਪਰ ਮੈਨੂੰ ਬੜਾ ਧੱਪ ਚੜਿਆ ਗੁੱਸਾ ਚੜਿਆ ਫਿਰ ਮੇਰੇ ਮਨ 'ਚ ਇੱਕ ਖਿਆਲ ਆਇਆ ਕਿ ਮਨਾ ਸਭ ਨੂੰ ਪ੍ਰੇਰਣਾ ਦੇਣ ਵਾਲਾ ਤੇ ਈਸ਼ਵਰੀ ਹੈ ਜੇ ਉੱਚੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਨਮਸਤੰ ਕਿਰਤਾਰੰਗ ਜਿਹਦੇ ਕਰੀ ਹੱਥਾਂ ਦੇ ਵਿੱਚ ਸਾਰਿਆਂ ਦੀ ਤਾਰ ਫੜੀ ਹੋਈ ਹੈ ਉਹ ਜਿਵੇਂ ਚਲਾਉਂਦਾ ਓਵੇਂ ਚੱਲਣਾ ਪੈਂਦਾ ਹੈ ਇਸ ਕਰਕੇ ਮੇਰਾ ਚੋਰ ਕੋਈ ਬੰਦਾ ਨਹੀਂ ਆ ਮੇਰਾ ਚੋਰ ਈਸ਼ਵਰੀ ਆ ਕਿਉਂ ਈਸ਼ਵਰ ਨੇ ਉਸ ਬੰਦੇ ਨੂੰ ਪ੍ਰੇਰਣਾ ਦਿੱਤੀ ਵੀ ਚੋਰੀ ਕਰਨ ਹੁਣ ਇਹ ਗੱਲ ਬੜੀ ਵੱਡੀ ਆ ਸਾਨੂੰ ਤੇ ਬੰਦੇ ਦੇਖਦੇ ਇਸ ਕਰਕੇ ਈਰਖਾ ਦਵਾਇਚ ਪਈ ਪਏ ਰਹਿੰਦੇ ਆ ਈਰਖਾ ਕਰਦੇ ਆ ਵੀ ਇਹ ਅੱਗੇ ਵੱਧ ਗਿਆ ਇਹ ਤੇ ਦੇਖਦੇ ਨਹੀਂ ਵੀ ਇਹਨੇ ਚੰਗੇ ਕਰਮ ਕੀਤੇ ਹੋਣਗੇ ਨੂੰ ਰੱਬ ਨੇ ਅੱਗੇ ਵਧਾਤਾ ਤਾਂ ਉਹ ਇਹਨੂੰ ਬ੍ਰਹਮ ਦ੍ਰਿਸ਼ਟੀ ਵੀ ਕਹਿ ਦਿੰਦੇ ਆ ਵੀ ਹਰ ਜਗ੍ਹਾ ਵਾਹਿਗੁਰੂ ਨੂੰ ਦੇਖਣਾ ਤਾਂ ਉਹਨੇ ਪ੍ਰਤੀਗਿਆ ਕਰ ਲਈ ਵੀ ਜੇ ਇੰਨੇ ਵਜੇ ਤੱਕ ਮੇਰੇ ਪੈਸੇ हे ਭਗਵਾਨ हे ਈਸ਼ਵਰ ਤੂੰ ਨਾ ਮੋੜੇ ਤਾਂ ਮੈਂ ਅੰਨ ਪਾਣੀ ਤਿਆਗ ਕੇ ਗੰਗਾ ਜੀ ਦੇ ਕੰਢੇ ਸਰੀਰ ਛੱਡੂੰਗਾ ਤੇ ਤੇਰੇ ਨਾਂ ਲੱਗੂੰਗਾ ਕਿਉਂਕਿ ਮੇਰਾ ਚੋਰ ਬੰਦਾ ਨਹੀਂ ਆ ਮੇਰਾ ਚੋਰ ਈਸ਼ਵਰੀ ਐਸੀ ਭਾਵਨਾ ਦ੍ਰਿੜ ਕਰ ਲਈ ਹੁਣ ਵਾਹਿਗੁਰੂ ਪਰਮੇਸ਼ਰ ਵੀ ਦੇਖਦਾ ਵੀ ਸੱਚਾ ਕਿ ਝੂਠਾ ਹੁਣ ਪਰਖ ਤੇ ਹੁੰਦੀ ਐ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਬੈਠਾ ਸੀ ਜਦੋਂ ਇਸ਼ਨਾਨ ਕਰਨ ਲੱਗਾ ਜਦੋਂ ਦਿਨ ਚੜਿਆ ਤੇ ਮਹਾਰਾਜ ਨੇ ਵੇਖਿਆ ਵੀ ਭੁੱਖਾ ਪਿਆਸਾ ਵਾ ਤੇ ਇੱਕ ਸੱਜਣ ਦਾ ਰੂਪ ਧਾਰ ਕੇ ਪਰਵੇਸ਼ਰ ਆਣ ਕੇ ਕਹਿਣ ਲੱਗਾ ਪੰਤਾ ਕਿਉਂ ਭੁੱਖਾ ਮਰਤਾ ਵਾ ਆ ਚੱਲ ਤੇਰੀ ਕੋਈ ਸੇਵਾ ਕਰੀਏ ਜਲ ਪਾਣੀ ਛਕਾਈਏ ਛੰਗਾ ਬੰਦਾ ਜਾਬਦਾ ਤੂੰ ਤਾਂ ਇਹ ਕਹਿਣ ਲੱਗਾ ਵੀ ਜਿੰਨਾ ਚਿਰ ਮੇਰੀ ਪੈਸਿਆਂ ਵਾਲੀ ਝੋਲੀ ਨਹੀਂ ਮਿਲਦੀ ਮੈਂ ਇਥੋਂ ਹਿਲਣਾ ਨਹੀਂ ਭਾਵੇਂ ਕਿ ਗਰਮੀ ਦੇ ਦਿਨ ਸੀ ਪਰ ਅਜੇ ਹੋਈ ਸਵੇਰ ਹੀ ਸੀ ਥੋੜੀ ਜੀ ਗਰਮੀ ਘਟ ਸੀ 2-3 ਘੰਟੇ ਬਤੀਤ ਹੋਏ ਫਿਰ ਸੰਖੇਪ ਦੇ ਵਿੱਚ ਬੇਨਤੀ ਕਰਾਂ ਉਹ ਸੱਜਣ ਫੇਰ ਮੁੜ ਕੇ ਆਇਆ ਕਹਿੰਦਾ ਆਤਮ ਹੱਤਿਆ ਕਰਨੀ ਬਹੁਤ ਵੱਡਾ ਪਾਪ ਹੈ ਇਹ ਸਰੀਰ ਦੁਬਾਰਾ ਨਹੀਂ ਮਿਲਦਾ ਹੱਠ ਕਰਕੇ ਮਰਦਾ ਪਿਆ ਵਾਂ ਇੱਕ ਪੈਸਿਆਂ ਪਿੱਛੇ ਰੁਈ ਜਾਂਦਾ ਵਾਂ ਉਠ ਤਾਂ ਜਲ ਪਾਣੀ ਛਕ ਜੇ ਨਹੀਂ ਛਕਣਾ ਤੇ ਤੈਨੂੰ ਲਿਆਦਣਾ ਆਪ ਬਣਾ ਕੇ ਛਕਲਾ ਜੇ ਕਿਸੇ ਦੇ ਹੱਥ ਦਾ ਨਹੀਂ ਛਕਦਾ ਤੇ ਤੈਨੂੰ ਸੁੱਕੀ ਰਸਤ ਸਿੱਧਾ ਪੇਟ ਕਰ ਦਿੰਦਾ ਇਹ ਬ੍ਰਾਹਮਣ ਨੇ ਬਹੁਤ ਦ੍ਰਿੜ ਚੇਤ ਰੱਖਿਆ ਜਿਹਨੂੰ ਕਹਿੰਦੇ ਨਾ ਇੱਕ ਚੇਤ ਜੇ ਇੱਕ ਸ਼ਿਨ ਧਾਇਓ ਇੱਕ ਚੇਤ ਕਰਨਾ ਪੈਂਦਾ ਵੀ ਨਹੀਂ ਜਿਹੜੀ ਪ੍ਰਤੀਗਿਆ ਉਹ ਪ੍ਰਤੀਗਿਆ ਤਾਂ ਇਹ ਬ੍ਰਾਹਮਣ ਕਹਿਣ ਲੱਗਾ ਭਲਿਆ ਮਾਨਸਾ ਚਲ ਜਾ ਚਲ ਜਾ ਮੈਂ ਅੱਗੇ ਬੜਾ ਦੁਖੀ ਹਾਂ ਸਵੇਰ ਦਾ ਉਤੋਂ ਮੈਂ ਰੋਟੀ ਪਾਣੀ ਨਾ ਖਾਣ ਦੀ ਪ੍ਰਤੀਗਿਆ ਕੀਤੀ ਤੇ ਸਰੀਰ ਛੱਡਣ ਦੀ ਇਹ ਪ੍ਰਤੀਗਿਆ ਕੀਤੀ ਆ ਬਚਨ ਕੀਤਾ ਤੂੰ ਇਦਾਂ ਨਾ ਕਰ ਚਲੋ ਫੇਰ 2 ਢਾਈ ਘੰਟੇ ਬੀਤੇ ਦੁਪਹਿਰ ਦਾ 1 2 ਵਜ ਗਿਆ ਹੋਵੇਗਾ ਧੁੱਪ ਸਿਖਰਾਂ ਦੀ ਬੁਰਾ ਹਾਲ ਪਸੀਨੇ ਨਾਲ ਧੁੱਪੇ ਹੀ ਬੈਠਾ ਗੰਗਾ ਜੀ ਦੇ ਕੰਢੇ ਉੱਤੇ Hindu ਧਰਮ ਦੇ ਤੀਰਥ ਉੱਤੇ ਬੈਠਾ ਤਾਂ ਫੇਰ ਉਹ ਸੱਜਣਾ ਆਇਆ ਉਹ ਕਹਿੰਦਾ ਭਾਈ ਇਦਾਂ ਨਾ ਕਰ ਇਹ ਮਾਇਆ ਕਿਸੇ ਦਾ ਸਾਥ ਨਹੀਂ ਦਿੰਦੀ ਇਹ ਮਾਇਆ ਹਰੇਕ ਨੂੰ ਹੀ ਛੱਡਣੀ ਪੈਂਦੀ ਆ ਕਿਸੇ ਦੀ ਇਦਾਂ ਚਲੇ ਜਾਂਦੀ ਆ ਕਿਸੇ ਦੀ ਚੋਰੀ ਹੋ ਜਾਂਦੀ ਐ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ ਅਖੀਰ ਛੱਡਣੀ ਐ ਸਾਰਿਆਂ ਨੂੰ ਪੈਂਦੀ ਐ ਤੇ ਤੂੰ ਮਾਇਆ ਪਿੱਛੇ ਆਪਦਾ ਸਰੀਰ ਖਤਮ ਕਰਨ ਲੱਗਾ ਇੱਕ ਪੈਸਿਆਂ ਦੀ ਝੋਲੀ ਬਦਲੇ ਵਾਂਸਲੀ ਬਦਲੇ ਪੈਸਿਆਂ ਦੀ ਇਹ ਸਰੀਰ ਉੱਤਮ ਮਨੁੱਖਾ ਜਨਮ ਖਤਮ ਕਰ ਦੇਣਾ ਪਰ ਉਹ ਪੰਡਤ ਕਹਿੰਦਾ ਵੀ ਤੂੰ ਚਲੇ ਜਾ ਮੈਨੂੰ ਵਾਰੀ-ਵਾਰੀ ਆਣ ਕੇ ਸਤਾਣਾ ਤੇ ਮੇਰੇ ਬਚਨ ਨੂੰ ਤੋੜਨਾ ਮੈਨੂੰ ਇਤਾਂ ਜਾਬਦਾ ਵੀ ਜਾਂ ਤੇ ਤੂੰ ਨਾਰਤਬੁਨੀ ਆ ਜਾਂ ਇੰਦਰ ਦੇਵਤਾ ਜਿਹੜਾ ਮੇਰੇ ਤਪ 'ਚ ਭੰਗ ਪਾਉਣਾ ਆਣ ਕੇ ਵੀ ਕਹਿਣਾ ਉੱਠ ਜਾ ਉੱਠ ਜਾ ਉੱਠ ਜਾ ਬਹਾਨੇ ਬਣਾਉਣਾ ਆਣ ਕੇ ਚਲੋ ਜਦੋਂ ਤਕਾਲਾਂ ਪਈਆਂ ਤੇ ਉਹ ਪੰਡਤ ਜੀ ਦੱਸਦੇ ਪੰਡਤ ਸ਼ੇਰ ਸਿੰਘ ਜੀ ਤੇ ਸੰਤ ਖੁਦਾ ਸਿੰਘ ਜੀ ਨੂੰ ਕਹਿੰਦੇ ਸੱਚੀ ਉਮੀਰੀ ਤੇ ਜਾਨ ਨਿਕਲ ਨਾਲ ਹੀ ਹੋ ਗਈ ਕਿਉਂ ਖੀਰ ਖਾਰ ਖਾਂਦੇ ਸੀ ਪੰਜਾਬ ਦੇ ਵਿੱਚ ਸਰਾਤਾ ਤੇ ਚੰਗਾ ਢਿੱਡ ਵਧਾਇਆ ਸੀ ਪਰ ਹੁਣ ਕਦੀ ਭੁੱਖ ਤੇ ਕੱਟੀ ਨਹੀਂ ਸੀ ਲੋਕਾਂ ਨੂੰ ਕਿਹਾ ਸੀ ਵੀ ਵਰਤ ਰੱਖੋ ਤਾਂ ਹੋਇਆ ਕਿ ਫਿਰ ਤਾਂ ਕਹਿੰਦੇ ਸ਼ਾਮ ਨੂੰ ਉਹ ਹੀ ਸੱਜਣ ਆਣ ਕੇ ਕਹਿੰਦਾ ਜੇ ਮੈਂ ਤੇਰੀ ਪੈਸਿਆਂ ਦੀ ਝੋਲੀ ਵਾਪਸ ਤੈਨੂੰ ਦਵਾ ਦਵਾਂ ਤਾਂ ਲਾਲਚ ਨਾ ਕਰੇਗਾ ਹੋਰ ਕੋਈਤ ਨਾ ਮੰਗੇਗਾ ਤਾਂ ਇਹ ਬ੍ਰਾਹਮਣ ਕਹਿੰਦਾ ਨਹੀਂ ਜੀ ਮੇਰੀ ਤੇ ਇਹੀ ਪ੍ਰਤੀਗਿਆ ਵੀ ਪੈਸਿਆਂ ਦੀ ਝੋਲੀ ਮੈਨੂੰ ਵਾਪਸ ਦੇ ਤਾ ਉਹ ਕਹਿੰਦਾ ਚੱਲ ਤੁਰ ਫਿਰ ਇੱਕ ਬੰਨੇ ਲੈ ਗਿਆ ਸ਼ਹਿਰ ਤੋਂ ਉੱਥੇ ਇੱਕ ਟੁੱਟਾ ਜਿਹਾ ਪੁਰਾਣਾ ਜਿਹਾ ਡਿੱਗਣ ਜੇ ਵਾਲਾ ਘਰ ਸੀ ਚੋਰਾ ਦਾ ਉਹ ਸਮੇਂ ਘਰ 'ਚ ਨਹੀਂ ਕੋਈ ਵੀ ਉੱਥੇ ਉਹਨੂੰ ਉਹ ਸੱਜਣ ਨੇ ਇਸ਼ਾਰਾ ਕੀਤਾ ਵੀ ਉਹ ਵੇਖ ਲੈ ਤੇਰੀ ਝੋਲੀ ਪਈ ਆ ਨੁਕਰ 'ਚ ਤੇ ਚੁੱਕ ਲੈ ਇਹ ਪੰਡਤ ਕਹਿੰਦਾ ਜੀ ਮੈਂ ਚੁੱਕ ਲਈ ਤੇ ਜਦੋਂ ਗਿਣੀ ਤੇ ਪੈਸੇ ਮੇਰੇ ਉਹੀ ਝੋਲੀ ਮੇਰੀ ਸੀ ਤਾਂ ਮੇਰੇ ਕਰਮ ਜਾ ਕੇ ਮੇਰੇ ਭਾਗ ਜਾ ਕੇ ਮਨਾ ਇਹ ਬੰਦਾ ਤੇ ਸਵੀਰਤਾ ਕੀੜੇ ਮਾਰਦਾ ਪਿਆ ਤਾਂ ਮੈਂ ਉਹਨੂੰ ਘੁੱਟ ਕੇ ਗਲ ਬੱਕੜੀ ਚ ਪਾ ਲਿਆ ਵੀ ਤੂੰ ਭਗਵਾਨ ਤੂੰ ਪਰਮੇਸ਼ਰ ਆ ਤੇ ਹੁਣ ਤੂੰ ਚੱਲਿਆ ਕਿੱਥੇ ਆ ਮੈਨੂੰ ਦਰਸ਼ਨ ਦੇ ਕੇ ਜਾ ਜੇ ਹੁਣ ਇੱਥੋਂ ਤੱਕ ਆ ਗਿਆ ਹੈ ਤਾਂ ਉਹ ਸੱਜਣ ਕਹਿਣ ਲੱਗਾ ਮੈਂ ਤੈਨੂੰ ਪਹਿਲਾਂ ਆਖਿਆ ਸੀ ਲੋਭ ਤਨਾ ਕਰੇਗਾ ਹੋਰ ਕੁਝ ਤਨਾ ਮੰਗੇਗਾ ਲਾਲਚ ਨਾ ਕਰੇਗਾ ਤਾ ਕਹਿੰਦਾ ਜਦੋਂ ਉਹਨੇ ਆਪਣੇ ਪ੍ਰਤੱਖ ਸਰੂਪ ਦੇ ਵਿੱਚ ਆਪਣਾ ਅਸਲੀ ਸਰੂਪ ਪ੍ਰਗਟ ਕੀਤਾ ਤਾਂ ਮੈਂ ਉਹ ਚਲ ਘਾਰਾ ਝੱਲ ਨਹੀਂ ਸਕਿਆ ਪਰਮੇਸ਼ਰ ਦਾ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਮੈਨੂੰ ਨਹੀਂ ਵੀ ਸੁਰਤ ਰਹੀ ਪਰ ਉਹ ਜਿਹੜਾ ਚਿਹਰਾ ਨਾ ਜਦੋਂ 1 ਸਕਿੰਟ ਵੀ ਮੈਂ ਵੇਖਿਆ ਉਹਦਾ ਨਸ਼ਾ ਮੈਨੂੰ ਇੰਨਾ ਰਹਿੰਦਾ ਵਾ ਕਿ ਮੇਰੀ ਸੁਰਤੀ ਬਿਰਤੀ ਉਹਦੇ ਵਿੱਚ ਲੀਨ ਰਹਿੰਦੀ ਉਹਦੇ ਬਾਅਦ ਘਰੇ ਆਇਆ ਵਾਪਸ ਬੱਚਿਆਂ ਨੂੰ ਜਾਇਦਾਦ ਵੰਡੀ ਪਰਿਵਾਰ ਨੂੰ ਆਖਿਆ ਵੀ ਤੁਸੀਂ ਮੇਰੇ ਲਈ ਮਰੇ ਤੇ ਮੈਂ ਤੁਹਾਡੇ ਲਈ ਮਰਿਆ। ਨਾ ਮੇਰਾ ਤੁਹਾਡੇ ਨਾਲ ਲੈਣਾ ਦੇਣਾ ਹੁਣ। ਤੇ ਮੈਂ ਸਾਰਾ ਕੁਝ ਛੱਡ ਕੇ ਹੁਣ ਇਹ ਕੰਮ ਕਰਦਾ ਵਾਂ ਵੀ ਦੋ ਪੈਸਿਆਂ ਦਾ ਪਾਠ ਪੂਜਾ ਕਰਦਣਾ ਜਿੰਨੇ ਕਰਾਉਣੀ ਹੋਵੇ। ਇਹ ਤੋਂ ਵੱਧ ਨਹੀਂ। ਉਹਦੇ ਨਾਲ ਗੁਜ਼ਾਰਾ ਕਰਦਾ ਤੇ ਸੰਤ ਜੀ ਜਦੋਂ ਤੁਸੀਂ ਆਉਂਦੇ ਹੋ ਤੁਹਾਡੇ ਚਿਹਰੇ 'ਚੋਂ ਮੈਨੂੰ ਭਗਵਾਨ ਦਾ ਚਿਹਰਾ ਦਿਖਦਾ। ਉਹ ਚਲਕਾਰਾ ਵੱਜਦਾ ਇਸ ਕਰਕੇ ਮੈਂ ਆਪ ਜੀ ਦੇ ਚਿਹਰੇ ਨੂੰ ਵੇਖ ਕੇ ਮਸਤ ਹੋ ਜਾ ਰਿਹਾ ਹਾਂ ਤੇ ਮੈਨੂੰ ਵਾਹਿਗੁਰੂ ਦੇ ਜਿਹੜੇ ਦਰਸ਼ਨਾਂ ਦਾ ਨਸ਼ਾ ਵਾ ਉਹ ਬੜੀ ਨਸ਼ੀਲੀ ਸ਼ਰਾਬ ਵਾਂਗ ਉਦੋਂ ਦਾ ਚੜਿਆ ਰਹਿੰਦਾ ਹੈ ਤੇ ਉਸ ਦਰਸ਼ਨ ਦੇ ਵਿੱਚ ਮੈਂ ਮਸਤ ਰਹਿੰਦਾ ਇਸ ਕਰਕੇ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਫਰਮਾਉਂਦੇ ਹੈ ਵਾਹਿਗੁਰੂ ਜੀ ਆਪ ਜੀ ਦਾ ਵੈਸੇ ਕੋਈ ਰੂਪ ਆਕਾਰ ਨਹੀਂ ਆ ਰੂਪ ਰੂਪ ਤੋਂ ਆ ਰਹਤ ਹੋ ਪਰ ਜੇ ਆ ਦਾ ਅਰਥ ਵਿਸ਼ੇਸ਼ ਕਰਕੇ ਕਰਦੀਏ ਵਿਸ਼ੇਸ਼ ਕਰਕੇ ਆਪ ਜੀ ਦਾ ਰੂਪ ਕੌਣ ਨੇ ਤਾਂ ਉਹ ਪਰਮੇਸ਼ਰ ਦੇ ਪਿਆਰੇ ਹਨ ਉਹ ਕੌਣ ਨੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਤਾਂ ਐਸੇ ਸਤਗੁਰੂ ਸਰੂਪ ਨੇ ਜਾਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਖਾਲਸਾ ਮੇਰੋ ਰੂਪ ਹੈ ਖਾਸ ਤਾਂ ਐਸੇ ਸਰੂਪ ਨੂੰ ਸੱਚੇ ਪਾਤਸ਼ਾਹ ਯਾਦ ਕਰਕੇ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਕਰਦੇ ਹਨ ਅਨੂਪ ਹੈ ਇਹ ਸੱਚੇ ਪਾਤਸ਼ਾਹ ਅਨੂਪ ਦਾ ਅਰਥ ਹੁੰਦਾ ਹੈ ਕਿ ਪੂਰੀ ਪੂਰੀ ਤੇਰੀ ਉਪਮਾ ਕੋਈ ਨਹੀਂ ਕਰ ਸਕਦਾ ਅਨੂਪ ਅਨ ਰਹਿਤ ਹੋ ਉਪਮਾ ਤੋਂ ਭਾਵ ਆਪ ਜੀ ਦੀ ਉਪਮਾ ਦਾ ਆਪ ਜੀ ਦੀ ਬਰਕਤ ਦਾ ਦਾਤਾਂ ਦਾ ਸ਼ਕਤੀ ਦਾ ਕਰਮ ਦਾ ਦਫ਼ਤਰ ਦਾ ਲੇਖੇ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਤੇਰੇ ਦਾਨੇ ਕੀਮਤ ਨਾ ਪਵੇ ਤੇਰੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਹੈ ਤਾਂ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਉਪਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਜਿਵੇਂ ਸੱਚੇ ਪਾਤਸ਼ਾਹ ਪਰਮਉੰਦੇ ਅੰਤ ਨਾ ਸਿਵਤੀ ਕਹਿਣ ਦਾ ਅੰਤ ਜਾਂ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਤੀ ਕੋਟੀ ਕੋਟ ਕੋਟ ਹੇ ਵਾਹਿਗੁਰੂ ਜੀ ਆਪ ਜੀ ਉਪਮਾ ਤੋਂ ਰਹਿਤ ਹੋ ਤਾਂ ਸੱਚੇ ਪਾਤਸ਼ਾਹ ਪਰਮਾਉਂਦੇ ਨੇ ਜੂ ਤੋਂ ਭਾਗ ਹੁੰਦਾ ਹੈ ਜਨਮ ਜਾਂ ਜੂ ਤੋਂ ਭਾਵ ਪੰਜਾਬੀ ਦੇ ਵਿੱਚ ਜਿਹਨੂੰ ਜੂ ਕਹਿ ਦਿੰਦੇ ਨੇ ਨਾ ਜੂ ਹੱਦਬੰਦੀ ਵੀ ਸਾਡੇ ਪਿੰਡ ਦੀ ਜੂ ਇੱਥੋਂ ਤੱਕ ਹੱਦਬੰਦੀ ਅਜੂ ਪਹਿਲਾ ਅਰਥ ਕੀ ਮਹਾਤਮਾ ਮਹਾਪੁਰਸ਼ ਕਰਦੇ ਨੇ ਵੀ ਜਨਮ ਤੋਂ ਆਪ ਜੀ ਰਹਿਤ ਹੋ ਜੰਮਣ ਮਰਨ ਦੇ ਵਿੱਚ ਆਉਣ ਵਾਲੇ ਨਹੀਂ ਜਾਂ ਜੂ ਹੱਦਬੰਦੀ ਤੋਂ ਰਹਿਤ ਹੋ ਆਪਜੀ ਦਾ ਕੋਈ ਅੰਤ ਨਹੀਂ ਪਾ ਸਕਦਾ ਭੂ ਹੈ ਭੂ ਤੋਂ ਭਾਵ ਹੁੰਦਾ ਹੈ ਪ੍ਰithvi ਤੋਂ ਪੈਦਾ ਹੋਣ ਵਾਲਾ ਤਤਾਂ ਤੋਂ ਭਾਵ ਅਰਥ ਕੀ ਲੈਣਾ ਕਿ ਆਪਜੀ ਤਤਾਂ ਤੋਂ ਨਹੀਂ ਆਪਜੀ ਦਾ ਸਰੀਰ ਬਣਿਆ ਜਿਵੇਂ ਮਨੁੱਖਾਂ ਦੇ ਸਰੀਰ ਜਾਂ ਜੀਵ ਜੰਤੂਆਂ ਦੇ ਸਰੀਰ ਜਿਹੜੇ ਨੇ ਤਤਾਂ ਤੋਂ ਬਣੇ ਨੇ ਪੰਜ ਤਤ ਤੇ ਤਨ ਰਚਿਓ ਜਾਂ ਤੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਇਸ ਤਰ੍ਹਾਂ ਆਪ ਜੀ ਤਤਾਂ ਵਾਲੇ ਸਰੀਰ ਤੋਂ ਰਹਿਤ ਹੋ ਇਹ ਸਰੀਰ ਧਾਰੀ ਨਹੀਂ ਜਿਵੇਂ ਬਾਹਰਲੇ ਸਰੀਰ ਹੁੰਦੇ ਨੇ ਜਾਂ ਫਿਰ ਭੂ ਦਾ ਅਰਥ ਹੁੰਦਾ ਹੈ ਪੈਦਾ ਹੋਣਾ ਹੋਂਦ ਹੋਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤਾਂ ਇਹ ਸੱਚੇ ਪਾਤਸ਼ਾਹ ਆਪ ਜੀ ਜਨਮ ਦੇ ਵਿੱਚ ਨਹੀਂ ਆਉਂਦੇ ਆਪ ਜੀ ਪੈਦਾ ਨਹੀਂ ਹੁੰਦੇ ਇਹ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਅੰਤਰਜਾਮੀ ਜੀ ਦੇ ਨਾਮਾਂ ਦੁਆਰਾ ਉਸ ਦੀ ਉਸਤਤ ਕਰਦੇ ਹਨ ਲੇਖ ਹੈ ਇਹ ਸੱਚੇ ਪਾਤਸ਼ਾਹ ਆਪ ਜੀ ਲੇਖੇ ਦੇ ਵਿੱਚ ਨਹੀਂ ਆਉਂਦੇ ਪਾਵ ਹਿਸਾਬ ਕਿਤਾਬ ਦੇ ਵਿੱਚ ਨਹੀਂ ਆਉਂਦੇ ਨਿਰਭਉ ਸੋ ਸਿਰ ਨਾ ਹੀ ਲੇਖਾ ਬਾਕੀ ਜਿੰਨਾ ਸੰਸਾਰ ਹੈ ਸਭ ਹਿਸਾਬ ਕਿਤਾਬ ਹੀ ਹੈ ਲੈਣ ਦੇਣੀ ਹੈ ਕਿਸ ਬਿਨ ਸਭ ਤੰਦ ਹੈ ਤੰਦੇ ਦਾ ਅਰਥ ਕੀ ਹੁੰਦਾ ਲੈਣ ਦੇਣ ਹਿਸਾਬ ਕਿਤਾਬ ਹੀ ਚੱਲਦਾ ਸਾਰਿਆਂ ਦਾ ਇੱਕ ਤੋਂ ਬਿਨਾ ਸਭ ਲੇਖੇ ਦੇ ਵਿੱਚ ਹੀ ਨੇ ਪਰ ਆਪ ਲੇਖ ਤੋਂ ਰਹਿਤ ਹੋ ਤੇ ਜਿਹੜੇ ਆਪ ਜੀ ਦਾ ਨਾਮ ਜਪਦੇ ਨੇ ਭਗਤੀ ਕਰਦੇ ਨੇ ਬੰਦਗੀ ਕਰਦੇ ਨੇ ਸੇਵਾ ਸਿਮਰਨ ਜਿੰਨਾ ਪਾਸੋਂ ਆਪ ਕਰਵਾ ਲੈਂਦੇ ਹੋ ਉਹ ਵੀ ਲੇਖੇ ਤੋਂ ਰਹਿਤ ਹੋ ਜਾਂਦੇ ਨੇ ਜਿਹੜੇ ਅੰਮ੍ਰਿਤ ਛਕ ਲੈਂਦੇ ਨੇ ਪੰਜਾ ਕਕਾਰਾਂ ਦੀ ਰਹਿਤ ਨਿਤਨੇਮੀ ਨੇ ਉਹਨਾਂ ਦਾ ਜਨਮ ਜਿਹੜਾ ਹੈ ਉਹ ਸਤਿਗੁਰੂ ਨਵੇੜ ਤਿੰਦੇ ਨੇ ਲੇਖਾ ਸਾਫ਼ ਕਰ ਦਿੰਦੇ ਨੇ ਜੰਮਣ ਮਰਨ ਤੋਂ ਰਹਿਤ ਕਰ ਦਿੰਦੇ ਹਨ ਤਾਂ ਗੁਰਬਾਣੀ ਦੇ ਵਿੱਚ ਲਿਖਿਆ ਜਿਹੜੇ ਸੰਤਾਂ ਦਾ ਸੰਗ ਕਰਦੇ ਨੇ ਇਹ ਵੀ ਲੇਖੇ ਤੋਂ ਰਹਿਤ ਹੋ ਜਾਂਦੇ ਨੇ ਔਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਇਹ ਵੀ ਲੇਖੇ ਤੋਂ ਰਹਿਤ ਹੋ ਜਾਂਦੇ ਹਨ ਆਪੇਖ ਹੈ ਆਪ ਜੀ ਦਾ ਕੋਈ ਖਾਸ ਭੇਖ ਨਹੀਂ ਵੀ ਆਹ ਹੀ ਕੱਪੜੇ ਪਾਓਗੇ ਤੇ ਮਿਲਦਾ ਜਿਹੜਾ ਭੇਖ ਹੈ ਕੱਪੜੇ ਨੇ ਇਹ ਤਾਂ ਇੱਕ ਪਹਿਚਾਣ ਆ ਵੀ ਇਹ ਕਿਹੜੇ ਫਿਰਕੇ ਦੇ ਨੇ ਕਿਹੜੇ ਧਰਮ ਦੇ ਨੇ ਪਰ ਭੇਖ ਦੇ ਨਾਲ ਨਾਲ ਗੁਣ ਹੋਣੇ ਬੜੇ ਜ਼ਰੂਰੀ ਨੇ ਜੇ ਗੁਣ ਨਹੀਂ ਜੇਵੇਂ ਮੰਨ ਲਓ ਬਾਣਾ ਹੈ ਤੇ ਜੇ ਬਾਣੀ ਨਹੀਂ ਤੇ ਫਿਰ ਬਾਣੇ ਦਾ ਬਹੁਤਾ ਮਹਾਤਮ ਨਹੀਂ ਹੋ ਸਕਦਾ ਹੈ ਕਿ ਇਸ ਗੱਲ ਦਾ ਕਈ ਸੱਜਣ ਗੁੱਸਾ ਕਰਨ ਪਰ ਜੋ ਦਸਵੇਂ ਪਾਤਸ਼ਾਹ ਦੇ ਮੁਤਾਬਕ ਦਾਸ ਕਹਿ ਰਿਹਾ ਹੈ ਮੇਰੀ ਤੁਸ਼ ਬੁੱਧੀ ਹੈ ਗੱਲ ਬੜੀ ਵੱਡੀ ਹੈ ਔਰ ਮੂੰਹ ਬੜਾ ਛੋਟਾ ਹੈ ਕੋਈ ਸੱਜਣ ਗੁੱਸਾ ਕਰ ਲੇ ਮਾਰੇ ਰਹਿਤ ਨਾਮਿਆਂ ਅਜ ਕੀ ਕਹਿੰਦੇ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਨ ਜਿਵੇਂ ਪੰਛੀ ਜਿਹੜਾ ਹੈ ਉਹ ਇੱਕ ਖੰਭ ਦੇ ਨਾਲ ਨਹੀਂ ਉੱਡ ਸਕਦਾ ਇਦਾਂ ਸਿੱਖਦੇ ਵੀ ਦੋ ਖੰਭ ਕੀ ਹੈ ਜੀਵ ਰੂਪ ਸਿੱਖਦੇ ਜੀਵ ਰੂਪ ਪੰਛੀ ਦੇ ਇੱਕ ਬਾਣੀ ਤੇ ਇੱਕ ਬਾਣਾ ਕੱਲਾ ਠੋਕ ਕੇ ਦਸਤਾਰ ਬੰਨ ਲਈ ਸੈਂਟ ਲਾ ਲਏ ਸਾਰੀ ਦਿਹਾੜੀ ਸ਼ੀਸ਼ੇ ਬੂਰੇ ਖਲੋਤਾ ਰਿਆ ਕਿੰਨਾ ਕੁਝ ਸਜਾ ਲਿਆ ਤੇ ਜੇ ਪੁੱਛਿਆ ਜਵਜੀ ਸਾਹਿਬ ਆਉਂਦਾ ਤੈਨੂੰ ਨਹੀਂ ਜੀ ਉਹ ਤੇ ਨਹੀਂ ਆਪਾਂ ਨੂੰ ਆਉਂਦਾ ਤਾਂ ਮਹਾਰਾਜ ਕਹਿੰਦੇ ਭੇਖ ਜਿਹੜਾ ਫਿਰ ਇਹ ਪਖਾਂਡੀ ਹੈ ਤਾਂ ਕਿਸੇ ਭੇਖ ਕਰਕੇ ਨਹੀਂ ਉਹ ਭੇਜਦਾ ਹੈ ਸਦਾ ਅਭੇਖ ਅਭੇਖੀ ਰਹੀ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਗ੍ਰੰਥ ਦੇ ਵਿੱਚ ਵੀ ਲਿਖਦੇ ਨੇ ਕਾ ਖਾਸ ਕੱਪੜੇ ਪਾਉਣ ਦਾ ਨਹੀਂ ਉਹ ਪ੍ਰਾਪਤ ਹੁੰਦਾ ਕਿਸੇ ਭੇਖ ਦੇ ਆ ਅਧੀਨ ਨਹੀਂ ਹੈ ਰਹਿਤ ਹੈ ਭੇਖਾਂ ਤੋਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨਾਮ ਹੈ ਕੋਈ ਖਾਸ ਉਹਦਾ ਨਾਮ ਨਹੀਂ ਉਹ ਤਾਂ ਅਨਾਮ ਜਿੰਨੇ ਵੀ ਨਾਮ ਉਹਦੇ ਪਏ ਨੇ ਇਹ ਸਿਰਫ ਸਮਝਣ ਵਾਸਤੇ ਆ ਉਹਦੇ ਸਰੂਪ ਨੂੰ ਉਹਦੇ ਗੁਣਾਂ ਨੂੰ ਇਹ ਸੌਖੀ ਸਮਝ ਪੈ ਜਾਏ ਹੁਣ ਸੌਖੀ ਸਮਝ ਪਾਉਣ ਵਾਸਤੇ ਮਹਾਤਮਾ ਨੇ ਸੰਤਾਂ ਨੇ ਅਵਤਾਰੀ ਪੁਰਸ਼ਾਂ ਨੇ ਉਹਦੇ ਨਾਮ ਜਿਹੜੇ ਕਿਰਤਮ ਨਾਮ ਜਿਹੜੇ ਨੇ ਉਹ ਰੱਖੇ ਹੋਏ ਨੇ ਕਿ ਸੰਸਾਰ ਨੂੰ ਸਮਝ ਪਵੇ ਤੇ ਸਮਝ ਕੇ ਉਹਦੀ ਪ੍ਰਾਪਤੀ ਕਰ ਲੈਣ ਵੈਸੇ ਵਾਹਿਗੁਰੂ ਪਰਮੇਸ਼ਰ ਜੀ ਦਾ ਕੋਈ ਵੀ ਨਾਮ ਨਹੀਂ ਹੈ ਉਹ ਨਾਮ ਰੂਪ ਸੰਸਾਰ ਤੋਂ ਰਹਿਤ ਹਨ ਕਾਮ ਹੈ ਕਾਮ ਕਹਿੰਦੇ ਇੱਛਾ ਨੂੰ ਕਾਮ ਕਹਿੰਦੇ ਕਾਮਦੇਵ ਨੂੰ ਕਾਮ ਕਹਿੰਦੇ ਪੰਜਾਬੀ ਚ ਕੰਮਕਾਰ ਨੂੰ ਕਾਮ ਇੱਛਾ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ ਆਹ ਕਾਮ ਆ ਰਹਿਤ ਹੈ ਕਾਮ ਇੱਛਾ ਤੋਂ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਜਿਹੜੀ ਰਜੋ ਗੁਣ ਕਰਕੇ ਪੈਦਾ ਹੋਵੇ ਤਮੋ ਗੁਣ ਕਰਕੇ ਪੈਦਾ ਹੋਵੇ ਜਾਂ ਸਤੋ ਗੁਣ ਕਰਕੇ ਪੈਦਾ ਹੋਵੇ ਜਾਂ ਕਾਮਦੇਵ ਜਿਹਦੀ ਤਾਕਤ ਬਹੁਤ ਜਿਆਦੀ ਮੰਨੀ ਗਈ ਹੈ ਜਿਵੇਂ ਭਰਤਰੀ ਜੀ ਕਹਿੰਦੇ ਕਿ ਕਾਮ ਇੰਨਾ ਦੁਖੀ ਕਰਦਾ ਬੰਦੇ ਨੂੰ ਹੁਣ ਉਹ ਇੱਛਾ ਵੀ ਹੋ ਸਕਦੀ ਕੋਈ ਵੀ ਹੋ ਸਕਦੀ ਹੈ ਮਾੜੀ ਵੀ ਚੰਗੀ ਪਰ ਉਹਨਾਂ ਨੇ ਜੇ ਕਾਮਦੇਵ ਦੀ ਗੱਲ ਕੀਤੀ ਭਰਤਰੀ ਜੀ ਵਿਰਾਗ ਸ਼ਤਕ ਚ ਬੜਾ ਸੋਹਣਾ ਜ਼ਿਕਰ ਕਰਦੇ ਕਹਿੰਦੇ ਇੱਕ ਕੁੱਤੇ ਦੇ ਕੀੜੇ ਪਏ ਪਾਕ ਵਾਗੇ ਕੀੜੇ ਪਏ ਆ ਮਰਨ ਵਾਲੀ ਹਾਲਤ ਆ ਉਹਦੀ ਤੁਰਿਆ ਜਾਂਦਾ ਨਹੀਂ ਆ ਤੁਰਿਆ ਜਾਂਦਾ ਹਿੱਲੀ ਜਾਂਦਾ ਵਾ ਪਿਛਲੀਆਂ ਲੱਤਾਂ ਕਿਸੇ ਬੰਦੇ ਨੇ ਅਗਲੀਆਂ ਲੱਤਾਂ ਕਿਸੇ ਬੰਦੇ ਨੂੰ ਜਾਂਦੀਆਂ ਨੇ ਐਸੀ ਬੁਰੀ ਹਾਲਤ ਉਹਦੀ ਪਰ ਜਦੋਂ ਇਹ ਉਹਦੇ ਕੋਈ ਗੁੱਸਾ ਨਾ ਕਰੇ ਜਦੋਂ ਉਹਦੇ ਲਾਗਿਉਂਦੀ ਇੱਕ ਕੁੱਤੀ ਨੰਗੀ ਉਹ ਵੀ ਉੱਠ ਕੇ ਖਲੋ ਗਿਆ ਤੇ ਪਿੱਛੇ ਤੁਰ ਪਿਆ ਪੂਛ ਲਾਉਂਦਾ ਹੁਣ ਭਰਤਰੀ ਕਹਿੰਦਾ ਇਹਨੂੰ ਕਿਹੜਾ ਦੱਸੇ ਵੀ ਆਪਦੀ ਸ਼ਕਲ ਵੇਖੀ ਵੀ ਕੀੜੇ ਤੇਰੇ ਪਏ ਨੇ ਕਾਂ ਆਪਣੇ ਬਾਗ تیر ਚੋਂ ਵਗਦੀ ਪਈ ਖੁਰਕਦਾ ਤੂੰ ਖਾਦਾ ਹੋਇਆ ਇਹ ਹਾਲਾਤ ਨੇ ਤਾਂ ਕਾਮਦੇਵ ਤੋਂ ਸਤਿਗੁਰੂ ਕਿਰਪਾ ਕਰੇ ਮਾਨਵਾ ਸਾਹਿਬ ਨਾਨਕਾ ਜੇ ਪੂਰਨ ਕਿਰਪਾ ਹੋਏ ਸਤਿਗੁਰੂ ਜੀ ਤੇ ਕਿਰਪਾ ਕਰ ਦੇਣ ਹੇ ਕਾਮੰਗ ਨਰਕ ਬਿਸਰਾਮੰਗ ਬਹੁ ਜੋਨੀ ਪ੍ਰਭਾ ਵੜੈ ਤਾਂ ਹੇ ਸੱਚੇ ਪਾਤਸ਼ਾਹ ਜੀ ਆਪ ਜੀ ਉੱਤੇ ਕਾਮ ਦਾ ਅਸਰ ਨਹੀਂ ਆਪ ਦਾ ਨਿਰਲੇਪ ਰਹਿਣ ਵਾਲੇ ਉਹ ਤਾਂ ਕਾਮ ਕਹਿੰਦੇ ਕੰਮਕਾਜ ਨੂੰ ਪੰਜਾਬੀ ਚ ਜੇ ਅਰਥ ਕਰੀਏ ਕਾਮ ਕੀ ਕੰਮ ਧੰਦੇ ਤਾਂ ਵਾਹਿਗੁਰੂ ਇਹੋ ਜੇ ਧੰਦਿਆਂ ਤੋਂ ਰਹਿਤ ਹੈ ਕਮਾਂਕਾਰਾਂ ਤੋਂ ਰਹਿਤਾ ਇਦਾਂ ਨਹੀਂ ਆ ਵੀ ਉਹਦੀ ਰੋਟੀ ਨਹੀਂ ਚੱਲਣੀ ਜਾਂ ਉਹਦਾ ਕੰਮ ਨਹੀਂ ਚੱਲਣਾ ਇਹੋ ਜੀ ਗੱਲ ਨਹੀਂ ਤਾਂ ਉਹ ਰਹਿਤ ਹੈ ਵਾਹਿਗੁਰੂ ਉਹਨੂੰ ਆਕਾਮ ਮਹਾਰਾਏ ਕਹਿੰਦੇ ਹਨ ਜਿਹੜਾ ਧੇ ਸ਼ਬਦ ਹੈ ਤੇ ਇਹ ਅਦੀਸ਼ਤਾਨ ਦਾ ਸੰਖੇਪ ਪੂਰਾ ਸ਼ਬਦ ਕੀ ਆ ਦੀ ஸ்தான ਉਹਦਾ ਸੰਖੇਪ ਕੀ ਆ ਸ਼ਾਰਟ ਫਾਰਮ ਕੀ ਆ ਦੀ ਅਤੇ ਇਹ ਹੈ ਅ ਦੀ ஸ்தான ਦਾ ਅਰਥ ਕਰਦੇ ਨੇ ਮਹਾਤਮਾ ਆਸਰਾ ਆਧਾਰ ਜਿਵੇਂ ਨੀਹਾਂ ਉੱਤੇ ਮਕਾਨ ਤਾਂ ਨੀਹਾਂ ਕੀ ਹੋ ਗਈਆਂ ਉਹਦਾ ਅ ਦੀ ஸ்தான ਉਹਦਾ ਆਸਰਾ ਹੋ ਗਿਆ ਤਾਂ ਵਾਹਿਗੁਰੂ ਪਰਮੇਸ਼ਰ ਦਾ ਕੋਈ ਆਸਰਾ ਹੈ ਤਾਂ ਕਹਿੰਦੇ ਨਹੀਂ ਸਗੋਂ ਉਹ ਸੰਸਾਰ ਦਾ ਆਸਰਾ ਹੈ ਜਿਹੜੇ ਉਹਦਾ ਨਾਮ ਜਪਦੇ ਨੇ ਉਹਨਾਂ ਦਾ ਪਾਰਵਤਾਰਾ ਕਰਦਾ ਹੈ ਉਹਦੇ ਤੋਂ ਬਿਨਾ ਸੰਸਾਰ ਦੀ ਗਤੀ ਨਹੀਂ ਸੰਸਾਰ ਚੱਲ ਨਹੀਂ ਪਾਉਂਦਾ ਤਾਂ ਵਾਹਿਗੁਰੂ ਪਰਮੇਸ਼ਰ ਜੀ ਦਾ ਕੋਈ ਆਸਰਾ ਨਹੀਂ ਤਮਾਰੇ ਕਹਿੰਦੇ ਹਤੇ ਹੈ ਵੀ ਅਦੀਸ਼ਥਾਨ ਤੋਂ ਰਹਿਤ ਹੈ ਸੱਚੇ ਪਾਤਸ਼ਾਹ ਸਗੋਂ ਐੜਾ ਵਿਸ਼ੇਸ਼ ਕਰਕੇ ਤੇ ਆਸਰਾ ਹੈ ਸਾਰੇ ਸੰਸਾਰ ਦਾ ਤਾਂ ਇਸ ਪ੍ਰਕਾਰ ਵੀ ਮਹਾਤਮਾ ਲੋਕ ਜਿਹੜੇ ਹਨ ਉਰਤ ਕਰਦੇ ਹਨ ਅਭੇ ਹੈ ਅਭੇ ਭੇਦ ਤੋਂ ਰਹਿਤ ਹੈ ਪਰਮਤੋ ਰਹਿਤ ਹੈ ਡਰ ਤੋਂ ਰਹਿਤ ਹੈ ਐਸਾ ਵਾਹਿਗੁਰੂ ਪਰਮੇਸ਼ਰ ਅਜਿਤ ਹੈ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਕੋਈ ਵੀ ਜਿੱਤ ਨਹੀਂ ਸਕਦਾ ਸਗੋ ਜਿਹੜੇ ਪਾਸੇ ਉਹ ਹੋਵੇ ਉਹਦੀ ਜਿੱਤ ਹੁਣ ਦਸਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਕੀ ਲਿਖਿਆ ਸੀ ਜਾਂ ਪਹਾੜੀ ਰਾਜਿਆਂ ਨੇ ਕੀ ਆਖਿਆ ਸੀ ਜਾਂ ਆਮ ਜਨਤਾ ਨੇ ਜਾਂ ਸੂਜਵਾਨ ਸਿੱਖਾਂ ਨੇ ਕੀ ਆਖਿਆ ਸੀ ਵੀ ਉਹਨਾਂ ਕੋਲੇ ਕਿਲੇ ਆ ਬਾਦਸ਼ਾਹਤ ਲੱਖਾਂ ਹੀ ਫੌਜ ਤੁਹਾਡੇ ਕੋਲੇ ਕੀ ਹੈ ਦੇਖਣ ਨੂੰ ਤਾਂ ਇਹ ਜਿਹੜੀ ਲੜਾਈ ਹੈ ਬਣਦੀ ਨਹੀਂ ਕਿਉਂਕਿ ਬਰਾਬਰ ਦੀ ਤਾਕਤ ਨਹੀਂ ਕੁਝ ਵੀ ਨਹੀਂ ਤਾਂ ਸੱਚੇ ਪਾਤਸ਼ਾਹ ਨੇ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਟੱਕਰ ਲਈ ਹਨੇਰੇ ਨੂੰ ਕੋਸਣ ਨਾਲੋਂ ਇੱਕ ਮੋਮਬੱਤੀ ਜਗਾਉਣੀ ਕਿਤੇ ਚੰਗੀ ਐ ਐਵੇਂ ਹਨੇਰੇ ਨੂੰ ਕੋਸੀ ਜਾਓ ساری ਉਮਰ ਐ ਨਹੀਂ ਕਰਦੀ ਸਰਕਾਰ ਐ ਨਹੀਂ ਕਰਦੀ ਸਰਕਾਰ ਅੱਜ ਜਿੰਨਾ ਕਿਸਾਨ ਭਾਈਚਾਰਾ ਉੱਥੇ ਦਿੱਲੀ ਬੈਠਾ ਏ ਇਹ ਕੀ ਦੀ ਅਣਖ ਐ ਨੇ ਤੇ ਸਿੱਖਾਂ ਦੀ ਗਿਣਤੀ ਕੀ ਆਂ ਦੋਸਤਾਨ ਦੇ ਸਾਹਮਣੇ ਪੂਰੀ ਜਨਤਾ ਦੀ ਜੇ ਜਨਸੰਖਿਆ ਕੀਤੀ ਜਾਵੇ ਤੇ ਸਿੱਖ ਕੀ ਆ? ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਆਟੇ ਵਿੱਚ ਲੂਣ ਦੇ ਬਰਾਬਰ ਇਹ ਵੀ ਨਹੀਂ ਆ ਪਰ ਜੋ ਦਸਵੇਂ ਪਾਤਸ਼ਾਹ ਨੇ ਜਾਂ ਗੁਰੂ ਨਾਨਕ ਦੇਵ ਸਾਹਿਬ ਨੇ ਇਹਨਾਂ ਦੇ ਅੰਦਰ ਸਪਿਰਟ ਭਰੀ ਹੈ ਤਾਂ ਸਿਆਣੇ ਬੰਦੇ ਕੀ ਕਹਿੰਦੇ ਹਨੇਰੇ ਨੂੰ ਨਾ ਕੋਸੀ ਜਾ ਇਹਦੇ ਨਾਲ ਇੱਕ ਮੋਮਬੱਤੀ ਜਗਾਓ ਕੋਜਤੋਂ ਇਹਨਾਂ ਰਾਦੂਰੋ ਵੇ ਹੱਕ ਦੀ ਗੱਲ ਕਰ ਸੱਚ ਦੀ ਗੱਲ ਕਰ ਤਾਂ ਸਤਿਗੁਰੂ ਜੀ ਨੂੰ ਪੁੱਛਿਆ ਵੀ ਆਪ ਜੀ ਕੋਲੇ ਕੀ ਆ ਕਹਿੰਦੇ ਸਾਡੇ ਕੋਲੇ ਵਾਹਿਗੁਰੂ ਆ ਕਹਿੰਦੇ ਕਿਲੇ ਬਣੀ ਫੌਜ ਵੀ ਨਹੀਂ ਖਜ਼ਾਨਾ ਵੀ ਨਹੀਂ ਵਾਹਿਗੁਰੂ ਕਲਾ ਕੀ ਕਰੂਗਾ ਮਾਰੇ ਕਹਿੰਦੇ ਜਿੱਧਰ ਵਾਹਿਗੁਰੂ ਆ ਉਧਰ ਹੀ ਜਿੱਤ ਆ ਤੇ ਸਾਨੂੰ ਤੇ ਫਤਿਹ ਹੀ ਮਹਾਰਾਏ ਨੇ ਦਿੱਤੀ ਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਧਰ ਵਾਹਿਗੁਰੂ ਆ ਉਧਰ ਹੀ ਜਿੱਤ ਹੈ ਤਾਂ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਹੈ ਵਾਹਿਗੁਰੂ ਜੀਓ ਆਪ ਜੀ ਨੂੰ ਕੋਈ ਜਿੱਤ ਨਹੀਂ ਸਕਦਾ ਹੈ ਆਪ ਜੀ ਨੂੰ ਕੋਈ ਹਰਾ ਨਹੀਂ ਸਕਦਾ ਆਪ ਜੀ ਜਿੱਤੇ ਨਹੀਂ ਜਾਂਦੇ ਕਿਸੇ ਵੀ ਤਰ੍ਹਾਂ ਭੀਤ ਹੈ ਭੀਤ ਨਿਰਭਉ ਹਨ ਭੀਤ ਭੇਦ ਤੋਂ ਕੰਧ ਤੋਂ ਪਰਦੇ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ ਸਤਿਮਾਨ ਹੈ ਇਹ ਸੱਚੇ ਪਾਤਸ਼ਾਹ ਜੀ ਤ੍ਰੇਮਾਨ ਆਪ ਜੀ ਨੂੰ ਤਿੰਨੇ ਹੀ ਲੋਕ ਮਾਨ ਮਾਨ ਮੰਨਦੇ ਨੇ ਪੂਜਦੇ ਨੇ ਮਾਨ ਮੈਨੇ ਸਤਕਾਰ ਕਰਦੇ ਨੇ ਕਿ ਮਨੁੱਖ ਕੀ ਦੇਵਤੇ ਕੀ ਰਾਖਸ਼ ਕੀ ਤਿੰਨ ਲੋਕ ਸਾਰੇ ਹੀ ਆਪ ਜੀ ਨੂੰ ਮੰਨਦੇ ਨੇ ਤੇ ਪੰਜਾਬੀ ਦੇ ਵਿੱਚ ਗੁਰਮੁਖੀ ਦੇ ਵਿੱਚ ਅਰਥ ਵਿਦਵਾਨ ਇਤਾਂ ਵੀ ਕਰ ਦਿੰਦੇ ਵੀ ਤ੍ਰੇ ਮੈਨੇ ਤ੍ਰੀ ਔਰਤ ਇਸਤਰੀ ਮਾਨ ਮੈਨੇ ਮੰਦੀ ਹੈ ਉਹ ਕੌਣ ਹੇ ਵਾਹਿਗੁਰੂ ਜੀ ਇੱਕ ਤੇਰਾ ਰੂਪ ਇਦਾਂ ਦਾ ਸੀ ਉਹ ਕੌਣ ਭਗਵਾਨ ਕ੍ਰਿਸ਼ਨ ਜਿਹਨੂੰ ਸੰਸਾਰ ਦੀ ਹਰ ਇੱਕ ਤਰੀ ਮਾਨ ਮੰਦੀ ਸੀ ਪੂਜਦੀ ਸੀ ਇੰਨਾ ਸੋਹਣਾ ਸੀ ਇੰਨਾ ਮਨ ਨੂੰ ਉਹ ਮੋਹਣ ਵਾਲਾ ਸਰੂਪ ਸੀ ਤਾਂ ਵਾਹਿਗੁਰੂ ਦੀ ਜਿਹੜੀ ਸੁੰਦਰਤਾ ਹੈ ਉਹ ਭਾਵੇਂ ਕਿਸੇ અવਤਾਰ ਚ ਪ੍ਰਗਟ ਹੋਵੇ ਉਹਦੀ ਸਿਆਣਪ ਕਿਸੇ ਸਰੀਰ ਚ ਪ੍ਰਗਟ ਹੋਵੇ ਉਹਦੀ ਕਲਾ ਕਿਸੇ ਸਰੀਰ ਚ ਆਵੇ ਤਉ ਉਸ ਸੁੰਦਰਤਾ ਨੂੰ ਸਿਆਣਪ ਨੂੰ ਸਾਰਾ ਸੰਸਾਰ ਫਿਰ ਸਲਾਉਂਦਾ ਹੈ ਮੰਨਦਾ ਹੈ ਹੁਣ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਅੱਜ ਤੋਂ 552 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਕਲ ਆਈ ਕੁੱਤੇ ਮੋਹੀ ਭਾਈ ਸਾਹਿਬ ਲਿਖਦੇ ਨੇ ਖਾਜ ਹੋਆ ਮਰਦਾਰ ਗਸਾਈ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਅੱਜ ਤੋਂ 552 ਸਾਲ ਪਹਿਲਾਂ ਦੀ ਇਹ ਗੱਲ ਹੈ ਕਿ ਰਾਜੇ ਜਿਹੜੇ ਨੇ ਉਹ ਪਾਪੀ ਹੋ ਚੁੱਕੇ ਨੇ ਕੀ ਉਹ ਸਿਆਣਪੁਣ ਕਿੰਨੀ ਕੁ ਗੁਰੂ ਨਾਨਕ ਦੇਵ ਸਾਹਿਬ ਚ ਸਿਆਣਪ ਸੀ ਅੱਜ ਵੀ ਉਹ ਗੱਲ ਲਾਗੂ ਹੋ ਰਹੀ ਕਿ ਨਹੀਂ ਉਲਟੀ ਵਾੜ ਖੇਤ ਕੋ ਖਾਈ ਵਾਲੀ ਗੱਲ ਹੋਈ ਕਿ ਨਹੀਂ ਆ ਅੱਜ ਵੀ ਉਹਨਾਂ ਦਾ ਬਚਨ ਸੱਤ ਹੈ ਤੇ ਸਿੱਖਾਂ ਨੂੰ ਤੇ ਸਿਖਾਇਆ ਹੀ ਇਹ ਜਾਂਦਾ ਗੁਰਸਿੱਖਾਂ ਨੂੰ ਕਿ ਸਤ ਗੁਰ ਕੀ ਬਾਣੀ ਸਤ ਸਤ ਕਰ। ਇਹ ਗੁਰੂ ਕੇ ਗੁਰੂ ਕੇ ਸਿੱਖੋ ਗੁਰੂ ਸਾਹਿਬ ਦੀ ਬਾਣੀ ਨੂੰ ਸਤ ਕਰਕੇ ਬੰਨੋ। ਜੋ ਸਤ ਗੁਰੂ ਦੇ ਬਚਨ ਨੇ ਉਹ ਸਤ ਨੇ ਭਾਵੇਂ 500 ਸਾਲ ਹੋ ਜਾਣ ਭਾਵੇਂ 1000 ਸਾਲ ਹੋ ਜਾਣ ਕਿਉਂਕਿ ਕਾਲੀ ਯੁਗ ਦਾ ਸੁਭਾਅ ਮਹਾਰਾ ਹੀ ਲਿਖ ਗਏ ਨੇ। ਇਹ ਕਾਲੀ ਯੁਗ ਦਾ ਸੁਭਾਅ ਹੀ ਇਦਾਂ ਦਾ ਹੋਵੇਗਾ। ਸੋ ਰਹੋ ਵਿਚਾਰ ਤਾਂ ਤ੍ਰੇਮਾਨ ਹੈ ਇਹ ਜਿੰਨੀ ਕਲਾ ਹੈ ਸ਼ਕਤੀ ਹੈ ਇਹ ਵਾਹਿਗੁਰੂ ਦੀ ਆ ਕਿਸੇ ਸਰੂਪ ਚ ਪ੍ਰਗਟ ਹੋ ਜੇ ਇਕ ਸਰੂਪ ਮੰਨਿਆ ਗਿਆ ਭਗਵਾਨ ਕ੍ਰਿਸ਼ਨ ਜਿਹਨੂੰ ਹਿੰਦੂ ਧਰਮ ਪੂਜਦਾ ਹੈ ਤੇ ਜਿਹਦਾ ਸਰਕਾਰ ਗੁਰਬਾਣੀ ਦੇ ਵਿੱਚ ਵੀ ਆਇਆ ਧੰਨ ਧਨ ਮਾਤਾ ਦੇਵਕੀ ਜਾਂ ਖੇਲੇ ਸ੍ਰੀ ਰਬਈਆ ਪਤੀ ਜਿਹੜਾ ਵੀ ਨਾਮ ਜਪਣ ਵਾਲਾ ਮਹਾਪੁਰਸ਼ ਹੈ ਉਹਦਾ ਗੁਰਬਾਣੀ ਸਤਕਾਰ ਕਰਦੀ ਉਹ ਕਿਸੇ ਧਰਮ ਦਾ ਹੋਵੇ ਕਿਸੇ ਫਿਰਕੇ ਦਾ ਹੋਵੇ ਕਿਉਂਕਿ ਗੁਰਬਾਣੀ ਕਹਿੰਦੀ ਸਾਂਝ ਕਰੀਜੈ ਗੁਨਾਹ ਕੇਰੀ ਛਾੜ ਅਫਗਣ ਚੱਲੀਏ ਤਾਂ ਇਹਨਾਂ ਦੇ ਇੱਕ ਪ੍ਰੇਮੀ ਸੀ ਮਾਧਵ ਦਾਸ ਜੀ ਉਹ ਜਗਨਨਾਥ ਪੁਰੀ ਚ ਰਹਿੰਦੇ ਸੀ ਬਰਿੰਦਾਬਨ ਛੱਡ ਕੇ ਜਗਨਨਾਥ ਪੁਰੀ ਦੇ ਵਿੱਚ ਆ ਗਏ ਉਹ ਪਰਮਹੰਸ ਬਿਰਤੀ ਦੇ ਵਿੱਚ ਵਿਚਰਦੇ ਹੁੰਦੇ ਸੀ ਜਿਹਨੂੰ ਪਰਮਹੰਸ ਬਿਰਤੀ ਕਹਿ ਦਿੰਦੇ ਨਾ ਉਹਦੇ ਵਿੱਚ ਉਹਨਾਂ ਨੇ ਵਿਚਰਨਾ ਜੇ ਕਿਤੇ ਪ੍ਰਸ਼ਾਦਾ ਮਿਲ ਗਿਆ ਛਕ ਲੈਣਾ ਸ਼ਵੇਰੇ ਸਵੇਰੇ ਇੱਕ ਵਾਰੀ ਉਹਨਾਂ ਢੀੜਾ ਜ਼ਰੂਰ ਕਟਣਾ ਕਬੀਰ ਭਲੀ ਮਦੂ ਕਰੀ ਨਾਨਾ ਬਿਦ ਕੋ ਨਾਜ ਇੱਕ ਢੀੜਾ ਉਹਨਾਂ ਲਾਉਣਾ ਚਲੋ ਕਿਸੇ ਘਰ ਨੇ ਕੁਝ ਸ਼ਕਣ ਨੂੰ ਦੇ ਦੇਣਾ ਕਿਸੇ ਨੇ ਕੁਝ ਸ਼ਕਣ ਨੂੰ ਦੇ ਦੇਣਾ ਤੇ ਮਸਤ ਰਹਿਣਾ ਨਾਮ ਸਿਮਰਨ ਦੇ ਵਿੱਚ ਜੁੜੇ ਰਹਿਣਾ ਇੱਕ ਮਾਈ ਬੜੇ ਉੰਤਰੇ ਸੁਭਾਅ ਦੀ ਉਹਨਾਂ ਜਦੋਂ ਜਾ ਕੇ ਨਾਰਾਇਣ ਹਰੀ ਦਾ ਹੋਕਾ ਦੇਣਾ ਪਾ ਉਹਨੇ ਅੱਗੇੋਂ ਫਿਰ ਬੁੜਬੁੜ ਕਰਨਾ ਸ਼ੁਰੂ ਕਰ ਦੇਣਾ ਵੀ ਵੇਖੋ ਕਿੱਡਾ ਇਹਦਾ ਸਰੀਰ ਆ ਪਾਵਿਆਂ ਮੰਜੇ ਦੇ ਪਾਵਿਆਂ ਵਰਗੀਆਂ ਇਹਦੀਆਂ ਮੋਟੀਆਂ ਲੱਤਾਂ ਤੇ ਚੰਗਾ ਭਲਾ ਇਹਦਾ ਸਰੀਰ ਆ ਵੀ ਇਹਦੇ ਹੱਥ ਟੁੱਟੇ ਆ ਵੀ ਜਿਹੜਾ ਇਹ ਤੋਂ ਕੰਮ ਨਹੀਂ ਹੁੰਦਾ ਸਵੇਰੇ ਸਵੇਰੇ ਮੰਗਣ ਆ ਜਾਂਦਾ ਹਰ ਉਹਨਾਂ ਸੰਤਾਂ ਨੇ ਕਿਉਂ ਕੁਝ ਨਾ ਬੋਲਣਾ ਉਹਨਾਂ ਮਸਤ ਰਹਿਣਾ ਖੁਸ਼ ਰਹਿਣਾ ਕਈ ਸਿਆਣੇ ਸਾਧੂਆਂ ਨੇ ਆਖਿਆ ਮਹਾਰਾਜ ਤੁਸੀਂ ਉਹ ਮਾਈ ਦੇ ਕਿਉਂ ਜਾਣੇ ਆ ਉਹ ਕਹਿੰਦੇ ਵੀ ਉਹ ਮਾਈ ਮੈਨੂੰ ਉਹ ਚੀਜ਼ ਦਿੰਦੀ ਜਿਹੜੀ ਸਾਰੀ ਦੁਨੀਆ ਨਹੀਂ ਦਿੰਦੀ ਕਹਿੰਦੇ ਉਹ ਕੀ ਕਹਿੰਦੇ ਗਾਲਾਂ ਬਾਕੀ ਤੇ ਸਾਰੇ ਸੰਤ ਜੀ ਸੰਤ ਜੀ ਕਰਦੇ ਰਹਿੰਦੇ ਪਰ ਇੱਕੋ ਇੱਕੋ ਮਾਈ ਆ ਵੀ ਜਿਹੜੀ ਗਾਲ ਦਿੰਦੀ ਆ ਮੈਨੂੰ ਕਿੱਡੇ-ਕੱਡੇ ਮਹਾਤਮਾ ਹੋਏ ਹੋਣਗੇ ਸਿੱਖ ਧਰਮ ਦੇ ਵਿੱਚ ਅੱਜ ਕੱਲ ਤੇ ਹੋੜ ਲੱਗੀ ਆ ਨਾ ਸੰਤਾਂ ਦੀ ਬ੍ਰਹਮ ਗਿਆਨੀਆਂ ਦੀ ਸ਼੍ਰੀ ਮਾਨੇਕ ਸੂ ਅਠਾਂ ਦੀ ਤੇ ਮਰਨ ਤੋਂ ਬਾਅਦ ਤੇ ਸਾਰੀ ਬ੍ਰਹਮ ਗਿਆਨੀ ਬਣਾ ਦਿੰਦੇ ਪਰ ਕੁਝ ਸੰਤ ਇਤਾਂ ਦੇ ਵੀ ਹੋਏ ਸਿੱਖ ਧਰਮ ਦੇ ਵਿੱਚ ਜਿਵੇਂ ਸੰਤ ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ ਨੇ 72 ਸਾਲ ਗੁਰਬਾਣੀ ਦਾ ਨਿਸ਼ਕਾਮ ਕੀਰਤਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੀ ਉਹਨਾਂ ਨੇ ਇੱਕ ਵਾਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਸਾਹਿਬ ਕਰਾਇਆ ਕਈ ਕਹਿ ਦਿੰਦੇ ਨੇ ਜੀ ਤੁਸੀਂ ਖੰਡ ਪਾਠ ਹੁਣ ਚਲਾ ਲਿਆ ਇਹ ਬਾਬਾ ਸ਼ਾਮ ਸਿੰਘ ਜੀ ਦੇ ਵੇਲੇ ਦੀ ਗੱਲ ਹੈ ਉਹਨਾਂ ਨੇ ਅਖੰਡ ਪਾਠ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਕਰਵਾਇਆ ਹੁਣ ਕਿਸੇ ਦੀ ਇੱਛਾ ਹੁੰਦੀ ਹੈ ਦੁੱਧ ਪੁੱਤ ਦੀ ਕਿਸੇ ਦੀ ਪੈਸੇ ਦੀ ਇੱਛਾ ਹੁੰਦੀ ਹੈ ਕਿਸੇ ਦੀ ਰੋਗ ਦੀ ਅਰਦਾਸ ਹੁੰਦੀ ਹੈ ਕਿਸੇ ਦੀ ਕੁਝ ਕਿਸੇ ਦੀ ਕੁਝ ਕਿਸੇ ਦੀ ਕੁਝ ਤੇ ਜਦੋਂ ਉਹਨਾਂ ਦੀ ਅਰਦਾਸ ਲਿਖਣੀ ਸੀ ਕਹਿੰਦੇ ਜੀ ਅਰਦਾਸ ਕੀ ਕਰਨੀ ਆ ਤਾਂ ਕਹਿੰਦੇ ਵੀ ਅਰਦਾਸ ਇਹ ਕਰਨੀ ਹੈ ਕਿ ਧੰਗ ਗੁਰੂ ਰਾਮਦਾਸ ਸਾਹਿਬ ਧੰਗ ਗੁਰੂ ਅਰਗੋਬਿੰਦ ਸਾਹਿਬ ਤੇਰੇ ਦਰ ਤੇ ਸੇਵਾ ਕਰਦਿਆਂ ਮੈਨੂੰ ਸੰਤ ਨਾਮ ਦੇ ਨਾਲ ਬੁਲਾਇਆ ਗਿਆ। ਬਾਬਾ ਨਾਮ ਦੇ ਨਾਲ ਬੁਲਾਇਆ ਗਿਆ। ਪਰ ਮੈਂ ਇਹਨਾਂ ਦੇ ਲਾਇਕ ਨਹੀਂ ਸੰਤ ਸ਼ਬਦ ਤੇ ਬਾਬਾ ਸ਼ਬਦ ਤੇ ਲਾਇਕ ਨਹੀਂ। ਬ੍ਰਹਮ ਗਿਆਨੀ ਸ਼ਬਦ ਦੇ ਲਾਇਕ ਨਹੀਂ ਆਪਸ ਕੋ ਜੋ ਜਾਣੇ ਨੀਚਾ ਸੂ ਗਣੀਏ ਸਭ ਤੇ ਉੱਚ। ਇਹ ਮੇਰੀ ਅਰਦਾਸ ਇਹ ਕਰੋ ਵੀ ਮੈਨੂੰ ਅੱਜ ਤੋਂ ਬਾਅਦ ਇਹਨਾਂ ਨਾਵਾਂ ਨਾਲ ਕੋਈ ਬੁਲਾਵੇ ਨਾ ਮੈਨੂੰ ਗੁਰੂ ਰਾਮਦਾਸ ਸਾਹਿਬ ਦਾ ਦਾਸ ਕਹੋ ਗੁਲਾਮ ਕਹੋ ਕੂਕਰ ਕਹੋ ਅਰ ਇਹ ਸ਼ਬਦਾ ਨਾਲ ਨਾ ਬੁਲਾਇਆ ਜਾਵੇ ਦੁਨੀਆ 'ਚ ਇੱਕ ਖੰਡ ਪਾਟ ਇਦਾਂ ਦਾ ਹੋਇਆ ਜੇ ਚ ਆਖਿਆ ਗਿਆ ਕਿ ਕਬੀਰ ਕੂਕਰ RAM ਕੋ ਮੁਤੀਆ ਬੇਰੋ ਨਾ ਯੋ ਮੇ ਕਬੀਰ ਸਾਹਿਬ ਜਾਂ ਕਬੀਰ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਕਬੀਰ ਸਾਹਿਬ ਕਹਿੰਦੇ ਵੀ ਹੁਣ ਇੱਕ ਿੱਡੀ ਵੱਡੀ ਗੱਲ ਹੈ ਸ਼੍ਰੀ ਮਾਨਕ ਭਗਤ ਕਬੀਰ ਸਾਹਿਬ ਬ੍ਰਹਮ ਗਿਆਨੀ ਕਬੀਰ ਸਾਹਿਬ ਕਬੀਰ ਸਾਹਿਬ ਰੱਬ ਦਾ ਰੂਪ ਪਰ ਕਹਿੰਦੇ ਮੈਂ ਤੇ ਰਾਮ ਦਾ ਕੁੱਤਾ ਹਾਂ ਤੇ ਮੋਤੀ ਮੇਰਾ ਨਾਂ ਹੈ ਤੇ ਗੱਲ ਦੇ ਵਿੱਚ ਉਹਦੀ ਹੁਕਮ ਰੂਪੀ ਰਸੀ ਹੈ ਜਿਧਰ ਨੂੰ ਉਹ ਪ੍ਰੇਰਣਾ ਦਿੰਦਾ ਉਧਰ ਨੂੰ ਤੁਰੇ ਜਾਂਦੇ ਜਿਵੇਂ ਉਹ ਕਰਾਉਂਦਾ ਕਰਦੇ ਤਾ ਇਹ ਜਿਹੜਾ ਸੰਤ ਮਾਧਵ ਦਾਸ ਸੀ ਇਹ ਪੂਰਨ ਸੰਤ ਸੀ ਇਹ ਪੂਰੇ ਸੰਤਾਂ ਦੀ ਨਿਸ਼ਾਨੀ ਆ ਕਿ ਉਹ ਆਪਣੇ ਆਪ ਨੂੰ ਕੋ ਵੱਡਾ ਬਣਾ ਕੇ ਰਾਜੀ ਨਹੀਂ ਹੁੰਦੇ ਜਿਹੜੇ ਪੂਰੇ ਸੰਤ ਹੁੰਦੇ ਤਾਂ ਹੋਇਆ ਕਿ ਸੰਤ ਮਾਧਵ ਦਾਸ ਕਹਿੰਦੇ ਇਹ ਤਾਂ ਮੈਨੂੰ ਉਹ ਚੀਜ਼ ਦਿੰਦੀ ਜਿਹੜੀ ਕੋਈ ਵੀ ਨਹੀਂ ਦਿੰਦੇ ਕੋਈ ਖੀਰ ਦਿੰਦਾ ਕੋਈ ਰੋਟੀ ਦਿੰਦਾ ਕੋਈ ਸਾਗ ਦਿੰਦਾ ਕੋਈ ਦੁੱਧ ਦਿੰਦਾ ਇਹ ਮੈਨੂੰ ਗਾਲ ਦਿੰਦੀ ਇਹਦੇ ਜਾਣਾ ਮੈਂ ਕਿਉਂ ਛੱਡਾਂ ਇੱਕ ਦਿਨ ਦੀ ਗੱਲ ਹੈ ਸ਼ੰਤ ਮਾਧਵਦਾਸ ਜੀ ਫੇਰ ਜਾ ਕੇ ਉਹਦੇ ਘਰ ਦੇ ਮੂਹਰੇ ਜਾਣ ਕੇ ਕਿਹਾ ਨਰਾਇਣ ਹਰੀ ਉਹ ਕਿਤੇ ਪੋਚਾ ਲਾਉਂਦੀ ਸੀ ਤੇ ਜਗਨਨਾਥ ਪੁਰੀ ਦੀ ਭਾਸ਼ਾ ਚ ਨਾ ਪੋਚਾ ਆਪਣੇ ਪੰਜਾਬੀ ਚ ਕਹਿੰਦੇ ਉਥੇ ਕਹਿੰਦੇ ਪੋਤਾ ਤੱਤੇ ਦੇ ਨਾਲ ਉਹ ਪੋਚਾ ਲਾਉਂਦੀ ਸੀ ਸੜੀ ਬਲੀ ਪਾ ਗੱਲ ਕੀ ਹੋਈ ਵੀ ਉਹਦੇ ਮੁੰਡੇ ਦਾ ਵਿਆਹ ਹੋ ਗਿਆ ਪਰ ਉਹਦੇ ਪੋਤਰਾ ਨਾ ਹੋਇਆ ਉਹਨੇ ਅਖੀ ਜੀ ਨੇ ਪੋਚਾ ਵਗਾ ਕੇ ਮਾਰਿਆ ਤੇ ਸੰਤਾਂ ਦੀ ਛਾਤੀ ਦੇ ਵਜ੍ਹਾ ਇਸ ਸੰਤ ਹੱਸ ਪਏ ਤੇ ਉਹਨਾਂ ਨੇ ਕੀ ਕਿਹਾ ਕਹਿੰਦੇ ਸੰਤ ਮਾਧਵ ਦਾਸ ਉੱਤਰ ਇਸੀ ਕਾ ਦੇਗਾ ਅਗਰ ਪੋਤਾ ਦਿਆ ਹੈ ਤੂੰ ਨੇ ਪੋਤਾ ਮੈਨੇ ਪੋਚਾ ਤੇ ਪੋਤੇ ਦਾ ਮਤਲਬ ਪੋਤਰਾ ਤੋ ਪੋਤਾ ਹੀ ਤੁਝੇ ਮਿਲੇਗਾ ਜੇ ਤੂੰ ਮੈਨੂੰ ਪੋਤਾ ਦਿੱਤਾ ਵਾ ਤੇ ਜਾ ਮਹਾਰਾਜ ਕਿਰਪਾ ਕਰੂ ਤੈਨੂੰ ਪੋਤਾ ਹੀ ਦਊਂਗਾ ਉਹਦੇ ਪੋਤਰਾ ਹੋਇਆ ਜੀ ਹੁਣ ਵੇਖੋ ਸੰਤ ਦੀ ਬਰਕਤ ਸੰਤ ਦੀ ਤਾਕਤ ਪੋਚਾ ਕਿੰਨਾ ਗੰਦਾ ਹੁੰਦਾ ਹੈ ਕੂੜੇ ਕਰਕਟਨਾ ਭਰਿਆ ਉਹ ਸੰਤ ਦੇ ਮਾਰਿਆ ਘਰ ਚ ਪੋਚਾ ਲਾਉਂਦੀ ਸੀ ਤੇ ਜਗਨਨਾਥਪੁਰੀ ਦੀ ਬਾਦਸ਼ਾਹ ਜੀ ਪੋਤਾ ਪੋਚਾ ਨੂੰ ਪੋਤਾ ਕਹਿੰਦੇ ਜੇ ਤੂੰ ਪੋਤਾ ਮੇਰੇ ਮਾਰਿਆ ਤੇ じゃ ਤੈਨੂੰ ਰੱਬ ਪੋਤਾ ਹੀ ਦੇਊਗਾ ਫਿਰ ਉਹਦੇ ਫਿਰ ਪੋਤਰਾ ਹੋਇਆ ਤੇ ਉਹ ਫਿਰ ਜਦੋਂ ਉਹਨੇ ਬਹਿਣਾ ਆਪਤੀਆਂ ਸਹੇਲੀਆਂ ਵਿੱਚ ਜਾਂ ਮਾਈਆਂ ਦੇ ਵਿੱਚ ਸਿਆਣੀਆਂ ਮਾਈਆਂ ਵਿੱਚ ਬਹਿਣਾ ਤਾਂ ਉਹਨੇ ਫਿਰ ਇੱਕ ਰੋਸ ਕਰਨਾ ਆਪਦੇ ਨਾਲ ਦਿਲ ਨੂੰ ਥੋੜਾ ਜਿਹਾ ਦੁਖੀ ਵੀ ਕਰਨਾ ਵੀ ਮੇਰੇ ਤੋਂ ਗਲਤੀ ਹੋਈ ਕਿਉਂ ਗਲਤੀ ਹੋਈ ਉਹਨੇ ਕਹਿਣਾ ਪੋਤਾ ਦੀਆਂ ਨਾਲ ਪ੍ਰੇਮ ਸੋ ਰਿਸ਼ਵਤ ਦੀਨੋ ਮਾਰ ਪੋਤਾ ਪ੍ਰੇਮ ਨਾਲ ਨਹੀਂ ਦਿੱਤਾ ਜਿਹੜਾ ਪੋਚਾ ਸੀ ਨਾ ਖਿੱਚ ਕੇ ਮਾਰਿਆ ਸਾਧ ਦੇ ਪੋਤਾ ਦੀ ਉਹਨਾਂ ਪ੍ਰੇਮ ਸੋ ਰਿਸ਼ਵਤ ਦੀਨੋ ਮਾਰ ਗੁੱਸੇ ਨਾਲ ਮਾਰਿਆ ਐਸੇ ਪੁੰਨਿਆਂ ਸੋ ਸਖੀ ਮੇਰੇ ਪੋਤਾ ਖਿਲ ਤਦਵਾਰ ਇਸ ਪੁੰਨ ਕਰਕੇ ਮੇਰੇ ਪੋਤਰਾ ਹੋਇਆ ਜਿਹੜਾ ਅੱਜ ਖੇਡਦਾ ਪਿਆ ਜੇ ਕਿਤੇ ਜੋ ਮੈਂ ਐਸੇ ਸੰਤ ਕੋ ਦੇਤੀ ਪ੍ਰੇਮ ਪ੍ਰਸਾਦ ਤੋ ਘਰ ਮੇਰੇ ਉਪਜਤੇ ਜੈਸੇ ਤਰੂ ਪ੍ਰਹਿਲਾਦ ਜੇ ਕਿਤੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੁੰਦੀ ਤੇ ਤਰੂ ਤੇ ਪ੍ਰਹਿਲਾਦ ਵਰਗਾ ਪੋਤਰਾ ਮੇਰੇ ਜੰਮਦਾ ਹੁਣ ਸੰਤ ਦਾ ਸੰਗ ਕਿਦਾਂ ਜੀਵਨ ਬਦਲ ਦਿੰਦਾ ਜੀ ਉਹ ਪੋਚਾ ਜਿਹੜਾ ਕੂੜੇ ਕਰਕਟਨਾ ਭਰਿਆ ਗੰਦਗੀ ਨਾਲ ਭਰਿਆ ਉਹ ਸੰਤ ਨੇ ਜਾ ਕੇ ਧੋਤਾ ਸਾਧੂ ਦਾ ਸੰਗ ਵੇਖੋ ਜ਼ਿੰਦਗੀ ਕਿਦਾਂ ਬਦਲ ਦਿੰਦਾ ਹੈ ਤਾਂ ਉਹਨੂੰ ਧੋ ਕੇ ਉਹਨੂੰ ਜੋਤ ਦੇ ਵਿੱਚ ਲਾ ਕੇ ਜਗਾਇਆ ਗਿਆ ਤੇ ਉਹ ਜਿਹੜਾ ਮਾਈ ਦਾ ਪੋਤਰਾ ਸੀ ਉਹਨੇ ਇਹ ਧੋਖ ਪੜਨੀ ਧਨ ਹੈ ਸੱਤ ਪੁਰਸ਼ੋਂ ਕਾ ਸੰਗ ਬਦਲ ਦੇਤਾ ਜੀਵਨ ਕਾਰੰਗ ਜਲ ਮੈਂ ਧੋਕਰ ਸਾਫ ਕੀਆ ਫਿਰ ਤੀਨਾ ਘ੍ਰਿਤਮੇ ਡਾਰ ਇਸੀ ਕਿਸੇ ਤਰ੍ਹਾਂ ਹਰ ਮੰਦਰ ਪਹੁੰਚਾ ਦੇਖਾ ਠਾਕੁਰ ਦਵਾ ਉਹ ਜਿਹੜਾ ਪੋਚਾ ਸੀ ਉਹਨੂੰ ਸੰਤ ਨੇ ਧੋਤਾ ਉਹਦੀਆਂ ਵੱਟੀਆਂ ਬਣਾਈਆਂ ਤੇ ਉਹ ਫਿਰ ਜੋਤ ਦੇ ਕੰਮ ਆਇਆ ਪੋਚੇ ਦੀ ਕਹਿੰਦੇ ਜ਼ਿੰਦਗੀ ਇੱਕ ਸੰਤ ਨੇ ਬਦਲ ਦਿੱਤੀ ਪਰਿਵਾਰ ਦੀ ਜ਼ਿੰਦਗੀ ਬਦਲ ਦਿੱਤੀ ਗੱਲ ਕਰ ਜਾ ਰਹੇ ਆਂ ਭਗਵਾਨ ਕ੍ਰਿਸ਼ਨ ਦੀ ਰੱਬ ਦਾ ਇੱਕ ਇਦਾਂ ਦਾ ਰੂਪ ਤਾਂ ਹੋਇਆ ਕਿ ਇਹਨਾਂ ਦਾ ਸਖਾ ਭਾਵ ਸੀ ਭਗਤੀ ਨੌ ਤਰ੍ਹਾਂ ਦੀ ਮੰਨੀ ਨਾ ਇੱਕ ਸਖਾ ਮੈਨੇ ਜਿਵੇਂ ਆਪਾਂ ਯਾਰੀ ਪਾਉਣੇ ਇੱਕ ਦੂਜੇ ਨਾਲ ਮਿੱਤਰਤਾ ਕਰਦੇ ਬੱਚੇ ਇਹ ਸਖਾ ਭਾਵ ਦੀ ਭਗਤੀ ਕਰਦੇ ਸੀ ਕਿ ਪ੍ਰਮਾਤਮਾ ਮੇਰਾ ਸੱਜਣ ਮਿੱਤਰ ਹੈ। ਭਗਵਾਨ ਕਹਿੰਦੇ ਪਰਖ ਹੋਊਗੀ। ਕਹਿੰਦੇ ਜੀ ਕੋਈ ਨਹੀਂ। ਤਾਂ ਇੱਕ ਦਿਨ ਭਗਵਾਨ ਕ੍ਰਿਸ਼ਨ ਜੀ ਇਨ੍ਹਾਂ ਸਾਹਮਣੇ ਪ੍ਰਗਟ ਹੋ ਜਾਂਦੇ ਸੀ ਬੱਚਿਆਂ ਵਾਲੇ ਰੂਪ 'ਚ। ਕਿਉਂ ਜਿਹੜੇ ਰੂਪ 'ਚ ਉਹ ਭਗਤੀ ਕਰਦੇ ਸੀ। ਤਾਂ ਭਗਵਾਨ ਕ੍ਰਿਸ਼ਨ ਬੜੇ ਉਦਾਸ ਬਹੁਤ ਦੁਖੀ ਜਿਵੇਂ ਜ਼ਿੰਦਗੀ ਤੋਂ ਤੰਗ ਆਏ ਹੋਣ। ਤੇ ਸੰਤ ਮਾਧਵ ਉਦਾਸ ਸੰਤ ਸੀ ਭਗਤ ਸੀ। ਉਨੇਸ ਵੇਖਿਆ ਵੀ ਮੇਰਾ ਸੱਜਣ ਮੇਰਾ ਭਗਵਾਨ ਕਿਉਂ ਸਖਾ ਭਗਤੀ ਕਰਦੇ ਸੀ ਸਖਾ ਭਾਵ ਰੱਖਦੇ ਸ ਤਾਂ ਕਹਿੰਦੇ ਮਹਾਰਾਜ ਤੁਸੀਂ ਦੁਖੀ ਕਿਉਂ ਕਹਿੰਦੇ ਨਾ ਪੁੱਛ ਕੁਝ ਨਹੀਂ ਦੱਸੋ ਫੇਰ ਵੀ ਤੁਸੀਂ ਦੁਖੀ ਕਿਉਂ ਆ ਕਹਿੰਦੇ ਨਾ ਪੁੱਛ ਨਹੀਂ ਕਹਿੰਦਾ ਮੈਨੂੰ ਜ਼ਰੂਰ ਦੱਸੋ ਹੱਸ ਕੇ ਕਹਿਣ ਲੱਗੇ ਕੀ ਦਸਾਂ ਤੈਨੂੰ ਜਦੋਂ ਦਾ ਬਰਿੰਦਾਬਨ ਛੱਡ ਕੇ ਜਗਨਨਾਥ ਪੁਰੀ ਆਏ ਹਨਾ ਚੋਰੀ ਨਹੀਂ ਕਦੀ ਕੀਤੀ ਤੇ ਸੰਤ ਮਾਧਵਦਾਸ ਜੀ ਕਹਿੰਦਾ ਹੁਣ ਤੇ ਤੁਸੀਂ ਜਵਾਨ ਹੋ ਗਏ ਹੋ ਚੋਰੀ ਕੀਤਿਆਂ ਦੇ ਕੋਟ ਬੜੀ ਪੈਣੇ ਆ ਡਾਂਗ ਬੜੀ ਫਿਰਨੀ ਆ ਤੇ ਕਹਿਣ ਲੱਗੇ ਜੀ ਹਾਂ ਹੁਣ ਕਹਿੰਦੇ ਵੀ ਗੱਲ ਤਾਂ ਠੀਕ ਆ ਤੇਰੀ ਪਰ ਹੁਣ ਜਿਹੜੀ ਜਿਹਦੀ ਆਦਤ ਹੋਵੇ ਉਹ ਪਈ ਜੋ ਮੈਂ ਸਾਈਂ ਬੁੱਲੇ ਸ਼ਾਹ ਨੇ ਲਿਖਿਆ ਨਾ ਮੇਰੀ ਬੁੱਕਲ ਦੇ ਵਿੱਚ ਚੋਰ ਜਿਹਦਾ ਰੋਲਾ ਸਾਰੀ ਦੁਨੀਆ ਦੇ ਵਿੱਚ ਪੈਂਦਾ ਉਹ ਅੰਦਰ ਬੈਠਾ ਹੋਇਆ ਸਰੀਰ ਦੇ ਵਿੱਚ ਤਾ ਕਹਿੰਦੇ ਜੀ ਦੀ ਆਦਤ ਆ ਉਹ ਮਜਬੂਰ ਆਦਤੋਂ ਕੀ ਕਰੀਏ ਹੁਣ ਸੰਤ ਮਾਧਵ ਉਦਾਸ ਪ੍ਰੇਮੀ ਸੀ ਭਗਤ ਸੀ ਉਹ ਕਹਿੰਦੇ ਜੀ ਫਿਰ ਕੋਈ ਸੇਵਾ ਮੇਰੇ ਲਾਇਕ ਦੱਸੋ ਕਹਿੰਦੇ ਚੋਰੀ ਕਰੀਏ ਕਿਤੇ ਚੱਲ ਕੇ ਦੋਵੇਂ ਜਾਣੇ ਕਹਿੰਦਾ ਮਹਾਰਾਜ ساری ਉਮਰ ਕਥਾ ਵਾਰਤਾ ਦਾ ਅਭਿਆਸ ਕੀਤਾ ਸਤ ਸੰਗਤ ਦਾ ਅਭਿਆਸ ਕੀਤਾ ਪੂਜਾ ਪਾੜ ਦਾ ਅਭਿਆਸ ਕੀਤਾ ਚੋਰੀ ਦਾ ਤਾਂ ਨਹੀਂ ਸੀ ਕਦੀ ਕੀਤਾ ਇਹ ਤਾਂ ਕਹਿੰਦੇ ਮੈਨੂੰ ਆਉਂਦਾ ਨਹੀਂ ਕਹਿੰਦੇ ਮੈਂ ਸਿਖਾ ਦੂੰਗਾ ਤੈਨੂੰ ਬਸ ਚੋਰੀ 'ਚ ਇੱਕ ਕੰਮ ਹੀ ਕਰਦਾ ਪਈਦਾ ਵੀ ਫੁਰਤੀ ਰੱਖਣੀ ਆ ਬਸ ਜੇ ਫੁਰਤੀ ਛੱਡਤੀ ਫਿਰ ਗਏ ਤੁਸੀਂ ਚੋਰੀ ਕੋਈ ਔਖੀ ਨਹੀਂ ਆ ਫੁਰਤੀ ਰੱਖਣੀ ਚਾਹੀਦੀ ਕਹਿੰਦੇ ਚਲੋ ਠੀਕ ਆ ਕਹਿੰਦੇ ਕਿੱਥੇ ਕਰਦੀ ਆ ਤਾਂ ਭਗਵਾਨ ਕਹਿਣ ਲੱਗੇ ਵੀ ਜਿਹੜਾ ਜਗਨਨਾਥ ਪੁਰੀ ਦਾ ਰਾਜਾ ਨਾ ਇਹਦਾ ਇੱਕ ਬਗੀਚਾ ਵਾ ਕਟਹਲ ਦਾ ਕਟਹਲ ਦੇ ਦਰਖਤ ਲੱਗੇ ਜਿਹਨੂੰ ਆਪਾਂ ਕਟਹਲ ਕਹਿ ਦਿੰਨੇ ਆ ਇਨੇ ਕਦੀ ਵੀ ਇਹ ਮੇਰੇ ਅੱਗੇ ਚੜਾਇਆ ਨਹੀਂ ਕਦੀ ਵੀ ਇਹ ਭੋਗ ਨਹੀਂ ਲਵਾਇਆ ਆਪਾਂ ਇਹਦੀ ਇੱਕ ਟਹਿਲ ਤੋੜਨੇ ਆ ਜਾ ਕੇ ਕਹਿੰਦੇ ਜੀ ਚਲੋ ਤਾਂ ਸੰਤ ਮਾਧਵਦਾਸ ਕਹਿੰਦਾ ਜੀ ਉਹ ਤਾਂ ਮੇਰਾ ਸਿੱਖ ਆ ਉਹ ਤਾਂ ਬਹੁਤ ਪ੍ਰੇਮ ਕਰਦਾ ਵਾ ਤੇ ਆਪਾਂ ਨੂੰ ਕੀ ਲੋੜ ਪਈ ਆ ਚੋਰੀ ਕਰਨ ਦੀ ਆਪਾਂ ਉਦਾਂ ਕਹਿ ਦਿੰਦੇ ਉਹਨੂੰ ਸੱਜਣ ਨੂੰ ਕਹਿੰਦੇ ਜਿਹੜਾ ਚੋਰੀ 'ਚ ਸਵਾਦ ਹੁੰਦਾ ਉਹ ਮੰਗਣ 'ਚ ਥੋੜੀ ਸਵਾਦ ਹੁੰਦਾ ਕਹਿੰਦੇ ਜੀ ਚਲੋ ਫਿਰ ਤੁਰ ਪੈਨੇ ਦੋਵੇਂ ਦੋਵੇਂ ਤੁਰ ਪੈ ਤਾਂ ਸੰਤ ਭਗਵਾਨ ਕ੍ਰਿਸ਼ਨ ਕਹਿੰਦੇ ਵੀ ਤੂੰ ਚੋਰੀ ਤੇ ਕਦੀ ਕੀਤੀ ਨਹੀਂ ਤੇ ਮੈਂ ਤੈਨੂੰ ਸਿਖਾਉਣਾ ਤ੍ਰਖਤੇ ਚੜ ਉਦ ਰਖਤੇ ਚੜ ਗਿਆ ਹੁਣ ਵਿਚਾਰੇ ਨੇ ਕੀਤੀ ਤੇ ਹੈ ਨਹੀਂ ਸੀ ਪਹਿਲਾਂ ਉਹਨੇ ਰੋਲਾ ਪਾ ਬੈਠਾ ਕਹਿੰਦੇ ਬੋਲੀ ਹੌਲੀ ਮੈਂ ਤੈਨੂੰ ਸਮਝਾਉਣਾ ਪਰ ਉਹਨੇ ਪਹਿਲਾਂ ਹੀ ਉੱਚੀ ਆਵਾਜ਼ ਚ ਕਹਿ ਦਿੱਤਾ ਵੀ ਕਿਹੜੇ ਤੇ ਚੜਾਂ ਉਧਰੋਂ ਕਿਤੇ ਮਾਲੀ ਦੇ ਕੰਨਾਂ ਚ ਪੈ ਗਈ ਕਹਿੰਦਾ ਖਲੋਜੋ ਖਲੋਜੋ ਮੈਂ ਦੱਸਦਾ ਕਿਹੜੇ ਤੇ ਚੜਾਂ ਉਹ ਡਾਂਗ ਚੁੱਕ ਲਿਆ ਮਾਲੀ ਚਲੋ ਦੋਵੇਂ ਜਾਣੇ ਲੋਕਗੇ ਫੇਰ ਕਹਿੰਦੇ ਮੈਂ ਤੈਨੂੰ ਸਮਝਾਇਆ ਸੀ ਉੱਚੀ ਨਾ ਬੋਲ ਇਹ ਚੋਰੀ ਦਾ ਨਿਜਮ ਨਹੀਂ ਹਾਲੀਵੁੱਡ ਚਲੋ ਫਿਰ ਭਗਵਾਨ ਨੇ ਆਖਿਆ ਫਲਾਣੇ ਤੇ ਚੜ ਜਾ ਉੱਤੇ ਚੜ ਕੇ ਹੁਣ ਸੰਤ ਮਾਧਵਦਾਸ ਸੰਤ ਆਦਮੀ ਸੀ ਸਾਧੂ ਲੋਗ ਸੀ ਫੇਰ ਉੱਚੀ ਦੇਣੀ ਕਹਿੰਦਾ ਕਿਹੜਾ ਤੋੜਾਂ ਮਾਲੀ ਕਹਿੰਦਾ ਵੀ ਹੁਣ ਮੈਂ ਹੀ ਤੈਨੂੰ ਆਣ ਕੇ ਦੱਸਦਾ ਵੀ ਕਿਹੜਾ ਤੋੜਾਂ ਹੁਣ ਭਗਵਾਨ ਕ੍ਰਿਸ਼ਨ ਤੇ ਫੁਰਤੀ ਵਾਲੇ ਸੀ ਕੋਤਕ ਸੀ ਕੋਤਕੀ ਸੀ ਉਹ ਦੇਖੇ ਸਕੇਗੇ ਉਥੋਂ ਅੰਤਰ ਧਿਆਨ ਹੋ ਗਏ ਤੇ ਇਹ ਵਿਚਾਰਾ ਆਉਣੇ ਨੇ ਗਾਤੀ ਲਾਈ ਪਹਿਲਾਂ ਤੇ ਛੇਤੀ ਉੱਤਰਿਆ ਹੀ ਨਾ ਗਿਆ ਹੁਣ ਸਿੰਘਾਂ ਵਾਂਗ ਕਿਸ਼ਾਰੇ ਤੇ ਪਾਏ ਨਹੀਂ ਹੁੰਦੇ ਚੋਲੇ ਤੇ ਪਾਏ ਨਹੀਂ ਹੁੰਦੇ ਭੁਰਤੀ ਤੇ ਹੁੰਦੀ ਨਹੀਂ ਗਾਤੀ ਲਾਈ ਸਾਧੂ ਹੈਗਾ ਸੀ ਪਹਿਲਾਂ ਤੇ ਉਹ ਅੜੀ ਰਹੀ ਉੱਤਰਦੇ ਦੀ ਅਰਪਲ ਗਿਆ ਤੇ ਜਦੋਂ ਨੂੰ ਇਹ ਉੱਤਰ ਲੱਗਿਆ ਉਹਦੋਂ ਨੂੰ ਮਾਲੀ ਡਾਂਗ ਲੈ ਕੇ ਖਲੋਤਾ ਸੀ ਵੀ ਆ ਜਾ ਥੱਲੇ ਚਲੋ ਉਹਨੇ ਬਾਵਾ ਬਣ ਕੇ ਦੋ ਛੜੀਆਂ ਵੀ ਉਹਨੇ ਤੇ ਇੱਧਰ ਉੱਧਰ ਦੇਖਣ ਲੱਗਾ ਮਾਲਿਕ ਕਹਿੰਦਾ ਕਿੰਨੂ ਵੇਨਾ ਕਹਿੰਦਾ ਹੱਸ ਪਿਆ ਕਹਿੰਦਾ ਸੋਚਦਾ ਜਿਹੜਾ ਲੈ ਕੇ ਆਇਆ ਉਹ ਕਿੱਥੇ ਹੈ ਤਾਂ ਹੋਇਆ ਕਿ ਸਵੇਰੇ ਰਾਜੇ ਦੇ ਪੇਸ਼ ਕੀਤੇ ਗਏ ਜਦੋਂ ਰਾਜੇ ਦੇ ਪੇਸ਼ ਕੀਤੇ ਗਏ ਰਾਜੇ ਨੂੰ ਗੁੱਸਾ ਚੜ ਗਿਆ ਕਹਿੰਦਾ ਇਹ ਤਾਂ ਮੇਰਾ ਗੁਰੂ ਹੈ ਸੰਤ ਮਾਧਵਦਾਸ ਜੀ ਕਹਿਣ ਲੱਗੇ ਜਦੋਂ ਕਾਮੇ ਡਾਂਗਾ ਖਾਣ ਵਾਲੇ ਕਰਾਂਗੇ ਤੇ ਗੁਰੂ ਕੀ ਕਰੂਗਾ ਕਹਿੰਦੇ ਮਹਾਰਾਜ ਕੀ ਹੋ ਗਿਆ ਕਹਿੰਦੇ ਕੁਸੰਗ ਚ ਫਿਰ ਇਹੀ ਕੁਝ ਹੁੰਦਾ ਵਾ ਜਿਹੜਾ ਕੋ ਮਰਨਾ ਹੋਇਆ ਵਾ 2 ਵਜੀਆਂ ਵੀ ਆ ਤੇ ਸਾਰੀ ਰਾਤ ਹੱਥ ਬੰਨ ਕੇ ਰੱਖਿਆ ਤੇ ਕੁਸੰਗ ਉਹ ਵੀ ਤੁਹਾਡਾ ਕਹਿੰਦੇ ਚੱਲ ਘਰੇ ਚੱਲ ਮਹਿਲ ਚੱਲ ਤੈਨੂੰ ਦੱਸਦਾ ਕੱਲੇ ਹੁਣ ਉਹ ਰਾਜਾ ਭਗਵਾਨ ਦਾ ਭਗਤ ਸੀ ਜਦੋਂ ਰਾਜੇ ਨੂੰ ਸੰਤ ਮਾਧਵਦਾਸ ਨੇ ਸਾਰੀ ਗੱਲ ਦੱਸੀ ਉਹਦੇ ਤੇ ਵਿਰਾਗ ਦਾ ਜਲ ਅੱਖਾਂ 'ਚ ਵਗਣ ਲੱਗ ਪਿਆ ਉਹਦੇ ਰੋਮ-ਰੋਮ ਖੜੇ ਹੋ ਗਏ ਲੂੰ ਕੰਡੇ ਖੜੇ ਹੋ ਗਏ ਤਾਂ ਵਿਰਾਗ ਦੇ ਵਿੱਚ ਆ ਕੇ ਉਹ ਕਹਿੰਦਾ ਜੇ ਹਾ ਗੱਲ ਤਾ ਕਹਿੰਦੇ ਹਾ ਗੱਲ ਆ ਤੱਕ ਉਹਨੇ ਸਾਰਾ ਹੀ ਉਹ ਕਟਹਿਲ ਦਾ ਜਿਹੜਾ ਬਾਗ ਸੀ ਨਾ ਬਗੀਚਾ ਉਹ ਜਗਨਨਾਥਪੁਰੀ ਦੇ ਮੰਦਰ ਦੇ ਨਾਮ ਲਾਇਆ ਅੱਜ ਵੀ ਕਿੰਨੇ 100 ਸਾਲ ਬਾਅਦ ਉਹਦੀ ਰਜਿਸਟਰੀ ਜਾ ਕੇ ਦੇਖ ਲਓ ਮੰਦਰ ਦੇ ਨਾਮ ਲੱਗੀ ਹੋਈ ਅੱਜ ਵੀ ਲੱਗੀ ਆ ਭਾਵੇਂ ਚੈੱਕ ਕਰ ਲੋ ਰਿਕਾਰਡ ਜਾ ਕੇ ਉਸ ਰਾਜੇ ਵੱਲੋਂ ਕਰਾਈ ਹੋਈ ਤਾਂ ਜਦੋਂ ਇਹ ਲਿਖਾ ਕੇ ਸਾਰਾ ਕੁਝ ਤੁਰੇ ਆਉਂਦੇ ਸੀ ਤਾਂ ਸਮੁੰਦਰ ਦੇ ਕੰਢੇ ਤੇ ਭਗਵਾਨ ਫਿਰ ਪ੍ਰਗਟ ਹੋਏ ਤੇ ਹੱਸ ਕੇ ਕਹਿਣ ਲੱਗੇ ਸੰਤ ਜੀ ਫਿਰ ਰਾਤ ਕਿਦਾਂ ਕੱਟੀ ਆ ਕਹਿਣ ਲੱਗਾ ਮਹਾਰਾਜ ਹਣ ਤੁਹਾਨੂੰ ਕੀ ਦੱਸਾਂ ਵੀ ਕਿਦਾਂ ਕੱਟੀ ਜੇ ਮਹਾਰਾਜ ਨਾ ਹੁੰਦੇ ਤੇ ਫਿਰ ਤੁਹਾਨੂੰ ਜ਼ਰੂਰ ਦੱਸਦਾ ਵੀ ਕਿੱਦਾਂ ਕੱਟੀ ਗਈ ਤਾਂ ਭਗਵਾਨ ਪਰਮੇਸ਼ਰ ਵਾਹਿਗੁਰੂ ਦਾ ਇੱਕ ਰੂਪ ਇਦਾਂ ਦਾ ਵੀ ਹੈ ਜੀ ਦੀ ਲੀਲਾ ਜਿਹੜੇ ਕੌਤਕ ਨੇ ਇਸ ਤਰ੍ਹਾਂ ਦੇ ਦੇ ਤੇ ਹਰਾਨੀ ਦੀ ਗੱਲ ਇਹ ਹੈ ਵੀ ਉਹਨੂੰ ਤ੍ਰੀਮਾਨ ਜਿੰਨੀਆਂ ਔਰਤਾਂ ਨੇ ਉਹ ਉਹਨੂੰ ਮੰਨਦੀਆਂ ਸੀ ਉਜ ਦੀਆਂ ਸੀ ਕਿ ਗੁਰਬਾਣੀ ਚ ਲਿਖਿਆ ਵਾ ਕੀ ਲਿਖਿਆ ਆਸ ਪਾਸ ਕਨ ਤੁਰਸੀ ਕਾ ਬਿਰਵਾ ਮਾਜ ਬਨਾਰਸ گاਉਰੇ ਉਹ ਆ ਕਾ ਸਰੂਪ ਦੇਖ ਮੋਹੀ ਗਵਾਰਨ ਜਿੰਨੀਆਂ ਗੋਪੀਆਂ ਸੀ 16000 ਵਿਆਹ ਮੂਹ ਨਾ ਕਹਣੇ ਮੰਨਣ ਚਾਹੁੰਦਾ ਵੀ ਇੱਕ ਬੰਦੇ ਦੇ 16000 ਵਿਆਹ ਹੋਣ ਤਾਂ ਉਹਦਾ ਦਾ ਸਰੂਪ ਦੇਖ ਕੇ ਹੀ ਮੋਹਤ ਹੋ ਜਾਂਦੀਆਂ ਸੀ ਤਾਂ ਉਹਨੂੰ ਕਹਿੰਦੇ ਜਿਹਨੂੰ ਤਰੀ ਵੀ ਮੰਨਦੀ ਐਸੀ ਸੁੰਦਰਤਾ ਵਾਲਾ ਜਿਹੜਾ ਪਰਮੇਸ਼ਰ ਹੈ ਤਾਂ ਮਹਾਰਾਜ ਕਹਿੰਦੇ ਉਹਦੀ ਕਲਾ ਨੂੰ ਵੀ ਮੈਂ ਨਮਸਕਾਰ ਕਰਦਾ ਹਾਂ ਉਹਦਾ ਨਾਮ ਵੀ ਯਾਦ ਕਰਦਾ ਹਾਂ ਨਿਧਾਨ ਹੈ ਨਿਧਾਨ ਕਹਿੰਦੇ ਖਜ਼ਾਨਿਆਂ ਦਾ ਮਾਲਕ ਸ਼ੁਭ ਗੁਣਾਂ ਦਾ ਮਾਲਕ ਹਰ ਚੀਜ਼ ਦੀ ਉੱਥੇ ਭਰਪੂਰਤਾ ਹੈ ਕਿਸੇ ਗੱਲ ਦਾ ਘਾਟਾ ਨਹੀਂ ਕਿਸੇ ਗੱਲ ਦੀ ਘਾਟ ਨਹੀਂ ਉੱਥੇ ਪੈਂਦੀ ਉਹ ਖਜ਼ਾਨਿਆਂ ਦਾ ਮਾਲਕ ਹੈ ਨਿਤਿਆ ਦਾ ਮਾਲਕ ਹੈ ਸਿੱਧੀਆਂ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ ਤਰੇ ਵਰਗ ਹੈ ਉਹਨੂੰ ਤਿੰਨੇ ਹੀ ਤਰੇ ਵਰਗ ਸਰੂਪ ਉਹ ਪ੍ਰਮਾਤਮਾ ਹੀ ਸਿੱਖ ਵਾਸਤੇ ਭਗਵਾਨ ਵਿਸ਼ਨੂੰ ਸਰੂਪ ਹੈ ਉਹ ਪ੍ਰਮਾਤਮਾ ਹੀ ਸਿੱਖ ਵਾਸਤੇ ਸ਼ਿਵ ਸਰੂਪ ਹੈ ਉਹ ਪ੍ਰਮਾਤਮਾ ਹੀ ਸਿੱਖ ਵਾਸਤੇ ਬ੍ਰਹਮਾ ਸਰੂਪ ਹੈ ਤਰੇ ਵਰਗ ਸਰੂਪ ਹੈ ਜਿਵੇਂ ਬਾਣੀ ਕਹਿੰਦੀ ਗੋਰੀ ਸਰਗੁਰ ਗੋਰਖ ਬਰਮਾ ਗੁਰ ਬਾਰ ਬਦੀ ਮਾਈ ਸਾਰਾ ਕੁਝ ਉਹਦੇ ਵਾਸਤੇ ਵਾਹਿਗੁਰੂ ਪਰਮੇਸ਼ਰ ਹੀ ਹੈ ਗੁਰੂ ਹੀ ਉਹਦੇ ਵਾਸਤੇ ਹੈ ਆ ਸਰਗ ਹੈ ਆ ਸਰਗ ਕਹਿੰਦੇ ਸਰਗ ਕਹਿੰਦੇ ਸੰਸਰਗ ਨੂੰ ਜਾਂ ਸੰਸਰ ਕਹਿੰਦੇ ਜਨਮ ਨੂੰ ਜਨਮ ਤੋਂ ਰਹਿਤ ਹੈ ਨਰਲੇਪ ਹੈ ਸੰਬੰਧ ਤੋਂ ਰਹਿਤ ਹੈ ਵਾਹਿਗੁਰੂ ਪਰਮੇਸ਼ਰ ਅਨੀਲ ਹੈ 10000 ਅਰਬ ਦੀ ਗਿਣਤੀ ਨੂੰ ਇੱਕ ਨੀਲ ਮੰਨਿਆ ਜਾਂਦਾ ਹੈ 100 ਨੀਲ ਨੂੰ ਇੱਕ ਪਦਮ ਮੰਨਿਆ ਜਾਂਦਾ ਹੈ ਇੰਨੀ ਗਿਣਤੀ ਦਾ ਵੀ ਕੋਈ ਮਾਰ ਹੋਵੇ ਤਾਂ ਵੀ ਉਹਦਾ ਅੰਤ ਨਹੀਂ ਪਾ ਸਕਦਾ ਗਿਣਤੀ ਤੋਂ ਮਿੰਤੀ ਤੋਂ ਲੇਖ ਤੋਂ ਹਸਾਬ ਕਿਤਾਬ ਤੋਂ ਉਹ ਰਹਿਤ ਹੈ ਵਾਹਿਗੁਰੂ ਪਰਮੇਸ਼ਰ ਆਜ਼ਾਦ ਹੈ ਉਹਦਾ ਕੋਈ ਮੋੜ ਨਹੀਂ ਜਾਣ ਸਕਦਾ ਕਦੋਂ ਕਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਆਤ ਤੋਂ ਰਹਿਤ ਹੈ ਆਜ਼ਾਦ ਹੈ ਆਜ਼ਾਦ ਉਹਨੂੰ ਕੋਈ ਗੁਲਾਮ ਨਹੀਂ ਰੱਖ ਸਕਦਾ ਉਹ ਤਾਂ ਬੰਧਨ ਕਾਟਣ ਵਾਲਾ ਹੈ ਮੁਕਤ ਕਰਨ ਵਾਲਾ ਹੈ ਆਜ਼ਾਦ ਸਰੂਪ ਆਜ਼ਾਦ ਬਿਰਤੀ ਦਾ ਮਾਲਕ ਹੈ ਜਾਂ ਅਜ ਆਦ ਬ੍ਰਹਮਾ ਜੀ ਵਰਗੇ ਜਿਹੜੇ ਸਭ ਤੋਂ ਪ੍ਰਾਤਨ ਦੇਵਤੇ ਮੰਨੇ ਗਏ ਉਹਨਾਂ ਦਾ ਵੀ ਆਦ ਉਹ ਮੋਟ ਹੈ ਵਾਹਿਗੁਰੂ ਪਰਮੇਸ਼ਰ ਆ ਜਨਮ ਹੈ ਉਹ ਵਾਹਿਗੁਰੂ ਪਰਮੇਸ਼ਰ ਜੀ ਜਨਮ ਤੋਂ ਰਹਿਤ ਹਨ ਆ ਬਰਨ ਹੈ ਜਾਂ ਆਜ਼ਾਦ ਦਾਰਤ ਕਰਦੇ ਆ ਅਜ ਆਦ ਹੁਣ ਵੀ ਹੈ ਅਜੇ ਵੀ ਆਦ ਜਿਹੜਾ ਸਰੂਪ ਸ਼ੁਰੂ ਤੋਂ ਸੀ ਆਦ ਅੱਜ ਹੁਣ ਵੀ ਉਹੀ ਸਰੂਪ ਹੈ ਜੇ ਉਹ ਪਹਿਲਾਂ ਰੱਖਿਆ ਕਰਦਾ ਸੀ ਵਾਹਿਗੁਰੂ ਪਰਮੇਸ਼ਰ ਤਾਂ ਉਹ ਹੁਣ ਵੀ ਰੱਖਿਆ ਕਰਦਾ ਹੈ ਭਗਤਾਂ ਦੀ ਤੂੰ ਸਦਾ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਜੇ ਉਹ ਪਹਿਲਾਂ ਸਹਾਇਤਾ ਕਰਦਾ ਸੀ ਤੇ ਅੱਜ ਕਾਲੀ ਯੁਗ ਦੇ ਵਿੱਚ ਵੀ ਬਾਹ ਪੜਦਾ ਹੈ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਤਾਂ ਮਹਾਪੁਰਸ਼ ਇੱਕ ਅਰਥ ਹੋਰ ਕਰ ਦਿੰਦੇ ਆ ਅੱਜ ਆਦ ਮੈਨੇ ਆਦ ਜਿਹੋ ਜਿਹਾ ਆਦ ਸ਼ੁਰੂ ਤੋਂ ਸੀ ਉਹਦਾ ਸੁਭਾਅ ਉਹਦੀ ਬਿਰਤੀ ਉਹਦਾ ਗੁਣ ਹੁਣ ਕੋਈ ਬਦਲਿਆ ਨਹੀਂ ਆ ਅੱਜ ਅੱਜ ਦੇ ਸਮੇਂ 'ਚ ਹੁਣ ਵੀ ਉਸੇ ਤਰ੍ਹਾਂ ਦਾ ਹੀ ਹੈ ਓਵੇਂ ਹੀ ਬਰਕਤਾਂ ਦਿੰਦਾ ਹੈ ਓਵੇਂ ਹੀ ਕਿਰਪਾ ਕਰਦਾ ਹੈ ਓਵੇਂ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਸਿੱਖਾਂ ਦੀ ਧਰਮੀ ਪੁਰਸ਼ਾਂ ਦੀ ਸਹਾਇਤਾ ਕਰਦਾ ਹੈ ਉਈਆ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਤਿਗੁਰੂ ਕਿਰਪਾ ਕਰਨ ਲੇਖੇ ਕਤੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਤਨ ਬਾਬਾ ਜਵਾਰਦਾਸ ਜੀ ਆਪਣੇ ਦਰ ਤੇ ਹਾਜ਼ਰੀ ਪ੍ਰਵਾਨ ਕਰਨ ਆਉ ਕਥਾ ਵਿਚਾਰਤੀ ਇੱਥੇ ਹੀ ਸਮਾਪਤੀ ਕਰੀਏ ਜੀ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ